दूजी कुड़ी ने जो गाना किया बड़ा ही मजा आया। मेनू मजा नहीं आया, मेनू जो तेरा मजा आंदा ना नहीं आया। बकवास करना, तेरा वड्डा भरा वा मैं। जब तू अगे हो गया इंजन करके डांस करना, मेनू बड़ा मजा आंदा। डांस करना वा, इंज नहीं करना चाहिए यार, ड्रामा खराब होंदा। आ वेखे हुण ध्यान करे, अब्बे नूं पता ना लगे। मैं नहीं दसदा, पर तू भी ना दसी। मैं भी नहीं दसना, पर ठीक है। चोर 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 अपने घर च चोर हार के आऊं। यार इधर मुझे मच्छर लड़ता जी पिया। तो टोपी पा के सवेया कर। टोपी कहीं पा, मेरा ब्याह ही नहीं होया। बकवास कर रहा तू, शर्म नहीं आती बेटे भरा? मच्छर लड़ते नहीं तो लड़न दे, उन्होंने लड़ाई च ना क्यों एम ही हथों पे पैजन फायदा। नहीं 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 की नहीं 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 की नहीं मैं तेनू तो सही दसा के तुम बेट घर आंदे हो। नहीं यार, दो फुट का पैप पानी दे विच ए तुल के दिन बांधदा भैया। तू चाहना तेन भी मजा आए। तेरे मैं सियालकोट दरवाजे खुसरे का बंदोबस्त किया। खबरदार खुसरे की गल की, खुसरा मैनू नहीं चाहिए। एक दिन खुसरा मैं घेर के लै गया, उत जाके पहला मेरी वारी है। किसे बेतुकी औरत दा बच्चा है तू। अच्छा कैसी गल है, तू भी टीरा गल उन्हें की थी। यार मैं पैर तो सागा ना तो बच्चा है ये कर रहा यार भरा तू साडा। अच्छा और पे की चंगी गल है, मेरे दोवे भरावां दे सिर वेखो। हां पिंडा थावे ते जाके कहंदे ने नून लीग साडी है। बकवास कर रहे तुसी, कदी गुल्ली डंडा खेड्या? हां जी खेड्या। तां ही तुहाडा मुंह वजे टोलर गा जे। दो सौ रुपया दो चाहिए पापड़ जरूर ले लेना। क्यों? एदी मां दी कढ़ाई च निकल दे जे। अब्बा आ जड़ा ले तुमे, अब्बा तुमे भरा जड़ा अब्बा पुत्र बंदर है, अब्बा लूंबड़ है, अब्बा तेरा मामे है। की कहना चाहना है खिलाफ गल्ला जिन्हें जमे पालिया? पापा नहीं, पापा जी नहीं, क्या पापा जी मैं मां बन के तुहानू पालिया, आप तुहानू सुके ते पा के ते मैं निकल जांदा हुंदा सां। पता की कहना? तू तो मैनू प्यो के आ ही ना कर। उहदी की वजह? खोती दी आ बच्चिया, तेरियां बाहां ना आउंदियां, तू आउण जाण वाली चीज होना सी। सारी जिंदगी अपने मुंह च कढ के तुहाडे मुंह च पांदा रहा। मेरी तो गल ही नहीं कर रहा, तू तो उस प्यो की कर रहा है ना। मैं किन्नी मेहनत की जमन लगे।
ਬੜੀ ਮਿਹਨਤ ਕੀਤੀ ਅੱਬੇ ਨੇ। ਅੱਛਾ ਜੀ 6 ਸਾਲ ਬਤਾਰੀ ਨਾਲ ਬਾਂਦਰ ਬਣ ਕੇ ਜਾਂਦੇ ਰਹੇ। ਹਾਂ ਬਾਂਦਰ ਕਿਹੜਾ ਬਾਂਦਰ ਹੈ ਹੈ ਔਤਰੀ ਦੇ ਆ ਬੱਚਿਆ ਉਹ ਬਗੈਰ ਤੋਂ ਓਏ ਉਸ ਪਿਓ ਨਾਲ ਅੱਜ ਗੱਲਾਂ ਕਰਦੇ ਹੋ ਪਹਿਲਾਂ ਉਹ ਪਿਓ ਲਿਆ ਲੱਭ ਕੇ ਜਿਹੜਾ ਉਸ ਪਿਓ ਉਹ ਪਿਓ ਕਿਹੜਾ ਹੈ ਓਏ ਇਸ ਪਿਓ ਨਾਲ ਗੱਲਾਂ ਕਰਦੇ ਹੋ ਹਾਂ ਉਹ ਜਿਹੜਾ ਸਾਰੀ ਜ਼ਿੰਦਗੀ ਤੁਹਾਡੀ ਮਾਂ ਦੀ ਮਸ਼ੀਨ ਨੂੰ ਤੇਲ ਦਿੰਦਾ ਰਿਹਾ। ਅੱਛਾ ਉਹਨਾਂ ਦੀ ਮਾਂ ਸੀ ਤੇ ਤੇਰੀ ਫੁੱਫੀ ਸੀ ਹੈ ਹੈ ਸਲਾਈ ਮਸ਼ੀਨ ਆ ਕਰ ਸਲਾਈ ਮਸ਼ੀਨ ਮਾਂ ਪਿਓ ਦੇ ਮਤਲਬ ਕੀ ਬਕਵਾਸ ਕਰਨਾ ਸਲਾਈ ਮਸ਼ੀਨ ਨਹੀਂ ਹੁੰਦੀ ਤੁਸੀਂ ਉਹਨੂੰ ਤੇਲ ਦਿੰਦੇ ਰਹੇ ਹੋ ਆ ਤੇ ਸਲਾਈ ਮਸ਼ੀਨ ਨਾਲ ਕਹਿ ਰਹਾ ਮੈਂ ਕਹਿ ਤੇ ਲਗਾ ਉਹ ਸਲਾਈ ਨਹੀਂ ਕਹਿਣ ਦੇ ਨੀਰੀ ਮਸ਼ੀਨ ਦਾ ਜ਼ਿਕਰ ਕਰ ਰਹੇ ਆ ਮੇਰੀ ਗੱਲ ਸੁਣ ਲਓ ਕੰਨ ਖੋਲ ਕੇ ਜੀ ਅੱਜ ਤੋਂ ਬਾਅਦ ਜਿਹੜਾ ਇਸ ਘਰ ਲੇਟ ਆਇਆ ਉਹ ਘਰੋਂ ਬਾਹਰ ਹੀ ਰਹੇਗਾ ਤੇ ਲੇਟ ਨਾ ਆਈਏ ਤੇ ਸਾਡੇ ਵਿਆਹ ਕਰੋ ਵਿਆਹ ਇੰਨੇ ਜੋਗੇ ਹੋ ਤੇ ਲਵੋ ਟਗਾ ਕਮਾਉਂਦੇ ਨਹੀਂ ਤੇ ਵਿਆਹਾਂ ਦੀ ਪਈ ਹੈ ਇੱਕ ਕਮਰਾ ਜਿਹਦੇ ਹੀ ਮੈਂ ਸੌਣਾ ਹੁੰਦਾ ਹੈ ਆਪਣਾ ਆਪਣਾ ਕਮਰਾ ਕਮਾ ਕੇ ਬਣਾਓ ਤੇ ਵਿਆਹ ਕਰ ਲਓ ਉਸ ਤੋਂ ਪਹਿਲਾਂ ਇਸ ਘਰ ਦੇ ਵਿੱਚ ਕੁੜੀ ਦੀ ਆਵਾਜ਼ ਵੀ ਆਈ ਨਾ ਤੇ ਮੈਂ ਗੋਲੀ ਮਾਰ ਦਿਆਂਗਾ ਫੜ ਕੇ। ਅੱਛਾ ਇਸ ਘਰ ਚ ਔਰਤ ਨਹੀਂ ਆਣੀ ਚਾਹੀਦੀ ਨਹੀਂ ਅੱਬਾ ਖੁਸਰਾ ਵਾਲ ਲਈ ਪਹਿਲਾਂ ਆਪਣੀ ਸਿਹਤ ਵੇਖ ਮਾਮਾ ਤੇਰੇ ਕੋਲੋਂ ਜ਼ੋਰ ਦੀ ਰਕਸ਼ਾ ਲੰਘੇ ਤੂੰ ਕੰਧ ਚ ਵੱਜ ਜਾਂਦਾ ਜਿਉਂ ਜਿਉਂ ਕਰਦਾ ਸੁਣ ਲਈ ਜਿਉਂ ਕੰਨ ਖੋਲ ਕੇ ਇਹਨੂੰ ਜੋ ਕਿ ਹੋਂਦ ਤੇ ਲਵੋ ਅੱਜ ਮੇਰੇ ਨਾਲ ਸਮੀ ਚੱਲ 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 ਸੁਣ ਕੇ ਵੇਖਾ ਚੱਲ ਜਵਲਾ ਮਾਰਦੇ ਨੇ ਪਿਓ ਨਾਲ ਗੱਲਾਂ ਕਰਦੇ ਨੇ ਸ਼ੁਕਰ ਹੈ ਜੀਲੀਆ ਤੂੰ ਮੈਨੂੰ ਘਰ ਮਿਲ ਪਿਆ ਅੱਗੇ ਮੈਂ ਤੈਨੂੰ ਕਿਤੇ ਜੰਗਲਾਂ 'ਚ ਮਿਲ ਲਾਉਣਾ ਵੇ ਨਹੀਂ ਵੇ ਮੇਰੀ ਮਾਂ ਨੇ ਮੈਨੂੰ ਘੱਲਿਆ ਤੇ ਮੇਰੇ ਪਿਓ ਨੇ ਮੈਨੂੰ ਘੱਲਿਆ ਏ ਮੇਰੀ ਮਾਂ ਨੇ ਮੈਨੂੰ ਕਮੇਟੀ ਲੈਣ ਘੱਲਿਆ ਛੋ ਹਾਂ ਅੱਛਾ ਤੈਨੂੰ ਲੈਣ ਘੱਲਿਆ ਆਹੋ ਅਗਰ ਤੈਨੂੰ ਦੇਣ ਨਹੀਂ ਸੀ ਘੱਲਦੀ ਹੁੰਦੀ ਏ ਖਾਨਾ ਖਰਾਬਾ ਕਰਦਾ ਕੀ ਗੇ ਵੱਟੇ ਦੇ ਮੂੰਹ ਵਾਲਾ ਇਹ ਵੱਟਾ ਜਿਹਨੂੰ ਤੇਰੀ ਮਾਂ ਦੀ ਦੀਵਾਰ 'ਤੇ ਚੁਣਿਆ ਗਿਆ ਤੈਨੂੰ ਲੱਗ ਪਤਾ ਜਾਏਗਾ ਅੱਬੇ ਦੇ ਖੁਰੇ 'ਚ ਨਾ ਚੁਣਾ ਅੱਬੇ ਦਾ ਖੁਰੇ ਦਾ ਫਾਇਦਾ ਹੀ ਕੋਈ ਨਹੀਂ ਕਿਉਂ ਉੱਥੇ ਬੋਰ ਹੋਏ ਆ ਮੈਂ ਕਹਿੰਦੀ ਜੀਲੀਆ ਆਰਾਮ ਦੇ ਨਾਲ ਆਰਾਮ ਨਾਲ ਯਾ ਮੈਨੂੰ ਤੇ ਸਾਨੂੰ ਵੀ ਐਡੀ ਕਾਲ ਨਹੀਂ ਪਈ ਹਾਂ ਆਰਾਮ ਨਾਲ ਠੀਕ ਹੁੰਦਾ ਹੈ ਕਾਲੀ ਨਾਲ ਕੰਮ ਠੀਕ ਨਹੀਂ ਹੁੰਦਾ ਬੰਦੇ ਦਾ ਪੁੱਤਰ ਬਣ ਕੇ ਨਾ ਤੇ ਮੈਨੂੰ ਕਮੇਟੀ ਦੇ ਅੱਗੇ ਮੈਂ ਖੋਤੇ ਦਾ ਪੁੱਤਰ ਆ ਇਹ ਵਾਲਾ ਕੌਣ ਨੇ ਮੈਨੂੰ ਕੀ ਪਤਾ ਕੌਣ ਨੇ ਤੈਨੂੰ ਨਹੀਂ ਨਾ ਪਤਾ ਨਹੀਂ ਮੈਨੂੰ ਪਤਾ ਹੀ ਅੱਛਾ ਤੀਨੋ ਮੱਛਾਂ ਦਾ ਮੁੰਡਾ ਹੀ ਆ ਵੀ ਤੇਰਾ ਪਨੀਵਾ ਲੱਭ ਗਿਆ ਆ ਮੈਂ ਮੱਛੀ ਨੇ ਪਨੀਵਾ ਲੱਭ ਗਿਆ ਤੂੰ ਕਾਨਾ ਖਰਾਬਾ ਵੇ ਮੈਨੂੰ ਦੇ ਮੈਂ ਤੈਨੂੰ ਦੱਸਦੀ ਪਈਆਂ ਕੀ ਹੈ ਖੱਬਾਈ ਖੱਬਾਈ ਤੇ ਸਜਣਾ ਕਿਹੜਾ ਤੂੰ ਖਜੂਰਾਂ ਤੋਂ ਨਹੀਂ ਹੈ ਐ ਨੌ ਲਵਾਓ ਮਰੋ ਨੌ ਡਰਾਮੇ ਵਾਲਿਆ ਨੌ ਨਹੀਂ ਐਡੇ ਰੱਖਣੇ ਚਾਹੀਦੇ ਵੇ ਕਿਉਂ ਵੇ ਰਾਤ ਨੂੰ ਸੁੱਤਿਆ ਪਿਆ ਜੂ ਖਾਰਸ਼ ਹੋਵੇ ਹਾਂ ਤੇ ਸਕਰੀਨ ਤੇ ਝਰੀਟਾਂ ਤੇ ਪੈ ਗਈਆਂ ਤੂੰ ਨਾ ਬਹੁਤੀਆਂ ਗੱਲਾਂ ਨਾ ਕਰ ਮੈਨੂੰ ਕਮੇਟੀ ਦੇ ਕਮੇਟੀ ਦੇ ਤੈਨੂੰ ਤਿੰਨ ਕਮੇਟੀਆਂ ਪਹਿਲੀਆਂ ਸ਼ਾਟ ਨੇ ਤੇਰੀਆਂ ਉਹਨੂੰ ਟੇਪ ਲਾ ਕੇ ਫੜੋ ਮੈਂ ਤੈਨੂੰ ਕਹਿ ਜੀ ਲਿਆ ਕਮੇਟੀ ਦੇ ਦੇ ਤੈਨੂੰ ਕਮੇਟੀ ਮੈਂ ਅੱਜ ਲੈ ਕੇ ਜਾਣੀ ਹੈ ਕਿਹਦੇ ਕੋਲੋਂ ਤੇਰੇ ਕੋਲੋਂ ਔਰਤ ਹੈ ਤੂੰ ਵੇ ਮਰ ਜਾ ਤੇਰਾ ਤੇ ਦਿਮਾਗ ਹੀ ਖਰਾਬ ਹੈ ਮੈਂ ਕਹਿੰਦੀ ਵੀ ਇਹ ਕਮੇਟੀ ਦੇ ਮੈਨੂੰ ਬੋਲ ਲਈ ਤੂੰ ਅੱਜ ਬੜਾ ਸਹੀ ਹੈ ਬਈ ਆਹੋ ਜਿੱਡਾ ਤੇਰਾ ਮੂੰਹ ਹੈ ਨਾ ਹਾਂ ਓਡਾ ਹੀ ਤੇਰਾ ਮੂੰਹ ਹੈ ਮੇਰੇ ਕੋਲ ਆਵੇਂ ਮੈਂ ਟਿੰਡ ਨਾ ਬਣਵਾ ਲਵੇ ਭੰਨ ਲੈ ਹਾਂ ਨਾ ਖਰਾਬ ਕਮੇਟੀ ਦੇ ਜਲਦੀ ਕਰ ਮੈਂ ਨਹੀਂ ਵੇਲੀ ਨਹੀਂ ਹੈ ਹੈ ਕਮੇਟੀ ਦੇ ਹੈ ਤੂੰ ਵੀ ਪਿੱਛੋਂ ਬੜੀ ਟਹਿ ਤੇ ਕਮੇਟੀ ਦੇਣੀ ਹੈ ਕਿ ਨਹੀਂ ਨਹੀਂ ਚੱਲ ਮੈਂ ਆਪਣੀ ਮਾਂ ਨੂੰ ਕੱਲ ਲੀਆਂ ਕੱਲ ਮੈਂ ਵੀ ਆਪਣੇ ਪਿਓ ਨੂੰ ਲੈ ਕੇ ਨਾ ਮੇਰਾ ਪਿਓ ਵੀ ਬੜਾ ਗਰਮ ਹੀ ਇੱਥੇ ਵਿਆਹ ਹੋਣਗੇ ਤਾਂ ਹੀ ਜਾਨ ਛੁੱਟੇਗੀ ਨਾ ਵਿਆਹ ਕਰਦਾ ਕੋਈ ਨਹੀਂ ਸਾਡਾ ਪਿਓ ਅੱਗੋਂ ਤਾਂ ਆਪਣਾ ਆਪਣਾ ਕਮਰਾ ਬਣਾ ਕੇ ਵਿਆਹ ਕਰੋ ਸਮਝ ਨਹੀਂ ਆਉਂਦੀ ਕਰਨਾ ਕੀ ਇੱਥੇ ਆ ਅੱਬਾ ਜੀ ਕਿੱਥੇ ਨੇ
ਛੋਟੇ ਅੱਬੇ ਹਰੀ ਤੇ ਇੱਥੇ ਨੇ ਤੂੰ ਕੀ ਕੀਤਾ ਹੈ ਅੱਬੇ ਹਰਾਂ ਨੂੰ ਬੁਲਾ ਮੈਂ ਉਹਨਾਂ ਦੀ ਟੈਨਸ਼ਨ ਹੀ ਮੁਕਾ ਦਿੱਤੀ ਆ ਕਿਹੜੀ ਮੈਂ ਆਖਿਆ ਆਪਾਂ ਕਿੱਥੇ ਖਰਚਾ ਕਰੇਗਾ ਯਾਰਾਂ ਦੋਸਤਾਂ ਨਾਲ ਲੈ ਕੇ ਜਾਏਗਾ ਫਿਰ ਆਏਗਾ ਫਿਰ ਹਾਂ ਹੋਏਗੀ ਫਿਰ 70-80 ਬੰਦੇ ਨਾਲ ਲੈ ਕੇ ਵਾਜੇ ਵਾਲੇ ਨਾਲ ਲੈ ਕੇ ਜਾਏਗਾ ਖਰਚਾ ਪਾਏਗਾ ਉਹਦੀ ਟੈਨਸ਼ਨ ਹੀ ਮੁਕਾਈ ਆ ਕੀਤਾ ਕੀ ਆ ਉਹ ਮੈਂ ਵੱਡੇ ਵਿਆਹ ਕਰ ਆਈਏ ਕੀ ਕੀਤਾ ਹੀ ਨਿਕਿਆ ਕੀ ਕੀਤਾ ਹੀ ਕੀ ਕੀਤਾ ਹੀ ਵਿਆਹ ਕੀਤਾ ਹੋਰ ਕੀ ਕੀਤਾ ਆ ਤੂੰ ਮੇਰਾ ਐਡਾ ਚੰਗਾ ਭਰਾ ਆ ਮੈਨੂੰ ਤੇਰੀ ਲਾਸ਼ ਨਜ਼ਰ ਆਉਣ ਡਈ ਆ ਲਾਸ਼ ਨਜ਼ਰ ਆਉਣ ਡਈ ਅੱਬੇ ਨੇ ਕਿਹਾ ਜਿਹੜਾ ਇਸ ਘਰ ਦੇ ਵਿੱਚ ਔਰਤ ਲੈ ਕੇ ਆਇਆ ਠਾ ਗੋਲੀ ਪੁੜਪੜੀ ਦੇ ਵਿੱਚ ਆ ਹਾਂ ਗੱਲ ਕਰਨ ਵਾਲੀ ਯਾਰ ਇੱਕ ਮੈਂ ਨਵਾਂ ਨਵਾਂ ਵਿਆਹ ਕਰਕੇ ਆਇਆ ਅੱਬੇ ਨੇ ਐਲਾਨ ਕਰ ਦਿੱਤਾ ਪੁੜਪੜੀ ਦੇ ਵਿੱਚ ਗੋਲੀ ਕਿਉਂ ਹੈ ਕਿਉਂ ਉਹ ਆਂਦਾ ਆਪਣਾ ਆਪਣਾ ਕਮਰਾ ਬਣਾਓ ਤਾਂ ਫੇਰ ਵਿਆਹ ਕਰੋ ਤੂੰ ਪਹਿਲਾਂ ਹੀ ਕਰ ਲਿਆ ਮੈਨੂੰ ਕਮਰਾ ਬਣਾਉਣ ਦੀ ਕੀ ਲੋੜ ਹੈ ਮੈਂ ਤਾਂ ਕਬੂਤਰਾਂ ਵਾਲੇ ਖੁੱਡੇ 'ਚ ਵੀ ਰਹਿ ਲੈਣਾ ਉਹ 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 ਮੈਨੂੰ ਮੌਤ ਦਾ ਫਰਿਸ਼ਤਾ ਨਜ਼ਰ ਆਉਣ ਡਿਆ ਈ ਓਏ ਮੌਤ ਦਾ ਫਰਿਸ਼ਤਾ ਹਾਂ ਇਹ ਉਹਨੂੰ ਹੀ ਨਜ਼ਰ ਆਉਂਦਾ ਨਾ ਜਿਹਨੂੰ ਲੈਣ ਆਇਆ ਹੋਵੇ ਰਾਤ ਟਪਾ ਦੇ ਨਾ ਅੱਜ ਦੀ ਰਾਤ ਕਢਾ ਦੇ ਫਿਰ ਮੈਂ ਆ ਰਿਹਾ ਮੇਰੇ ਵੱਡੇ ਗਏ ਨੇ ਕਿਤੇ ਕਬਰਸਤਾਨ 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 ਗਏ ਨੇ ਉਹ ਦਾਦੇ ਦੀ ਕਬਰ ਤੇ ਗਏ ਦਾਦੇ ਦੀ ਮੇਰੇ ਬਚਪਨ ਚ ਪਚਪਨ ਚ ਹੋ ਗਏ ਤੇ ਫਿਰ ਫੌਤ ਹੋ ਗਏ ਅੰਮੀ ਵੀ ਨਾਲ ਗਏ ਨੇ ਅੰਮੀ ਫੁੱਲ ਲੈਣ ਗਏ ਨੇ ਫੁੱਲ ਸਲੈਪਾਂ ਜੋੜ ਕੇ ਨਾ ਉਹ ਕਮਰਾ ਉੱਚਾ ਏ ਪੰਜ ਸਲੈਪਾਂ ਜੋੜ ਕੇ ਉੱਤੇ ਚੜਨਾ ਹੈ ਪੰਜ ਨਹੀਂ ਉਹ ਸਟੈਪ ਬਾਈ ਸਟੈਪ ਉੱਤੇ ਚੜਨਾ ਪੰਜ ਨਹੀਂ ਪੈਣੀਆਂ ਜਿੱਡਾ ਕੋ ਕੱਦ ਤਿੰਨ ਪੈਣੀਆਂ ਨੇ ਤਿੰਨ ਨਹੀਂ ਨਹੀਂ ਇਹ ਤਿੰਨ ਕਿਉਂ ਪੈਣੀਆਂ ਉਹ ਸੀੜੀਆਂ ਛੋਟੀਆਂ ਨੇ ਨਾ ਅੱਛਾ ਤਿੰਨ ਸਟੈਪ ਦੀਆਂ ਤਿੰਨ ਸਟੈਪ ਟਕ 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 ਤੇ ਕਮਰੇ ਚ ਅੱਛਾ ਅੱਛਾ ਮੈਂ ਕਿਹਾ ਤੁਹਾਡੇ ਰਿਸ਼ਤੇਦਾਰ ਕਿੱਥੇ ਨੇ ਬਕਾਇਆ ਚਾਚੂ ਮਾਮੂ ਵਗੈਰਾ ਰਿਸ਼ਤੇਦਾਰ ਆਉਂਦੇ ਨੇ ਆਉਂਦੇ ਨੇ ਉਹ ਮਸੀਤੂ ਮੰਜਾ ਲੈਣ ਗਏ ਨੇ ਜੀ ਜਦੋਂ ਘੁੰਡ ਚੁੱਕਣਾ ਨਾ ਮਹੱਲੇਦਾਰਾਂ ਨੇ ਆਉਣਾ ਤੁਹਾਡਾ ਵੇਖਣ ਮੂੰਹ ਅੱਛਾ ਇਹ ਅੱਗੇ ਕਰ ਹੋਣਾ ਯਾਰ ਹੋਣਾ ਯਾਰ ਹੈਲੋ ਕਾਲੇ ਕੰਨਾਂ ਵਾਲੇ ਆ ਆ ਹੈਵ ਅ ਸੀਟ ਜੀ ਜਾਨ ਜੀ ਅੱਜ ਕਿੰਨੇ ਮਜ਼ੇ ਆਉਣੇ ਨੇ ਜੀ ਤੁਹਾਡੀ ਮੇਰੀ ਸ਼ਾਦੀ ਹੋਈ ਏ ਜੀ ਇੱਥੇ ਰਸਮਾਂ ਵੀ ਹੋਣੀਆਂ ਬੜੀਆਂ ਗੱਲਾਂ ਹੋਣੀਆਂ ਨੇ ਅੱਛਾ ਅੱਛਾ ਆ ਤੁਹਾਨੂੰ ਕੋਈ ਟੈਨਸ਼ਨ ਛੱਡ ਦੇ ਅੱਛਾ ਮੇਰੀ ਗੱਲ ਸੁਣੋ ਸਾਰੀਆਂ ਗੱਲਾਂ ਛੱਡੋ ਐ ਮੈਨੂੰ ਤੁਸੀਂ ਦੱਸੋ ਕਿ ਬਸ ਨਾ ਥੋੜਾ ਜਿਹਾ ਨਾ ਫਾਸਟ ਕਰ ਲਓ ਹੈ ਛੇਤੀ ਦੀ ਕਰ ਲਓ ਨਾ ਸਾਡੀ ਜਿਹੜੀਆਂ ਰਸਮਾਂ ਨੇ ਆਉਣ ਤੋਂ ਪਹਿਲੇ ਪੂਰੀਆਂ ਹੋ ਜਾਣ ਛੇਤੀ ਹੋ ਜਾਏ ਛੇਤੀ ਛੇਤੀ ਕਰ ਲਈ ਹਾਂ ਤੇ ਤੁਸੀਂ ਕਿਤੇ ਹੋਰ ਵੀ ਟਾਈਮ ਦਿੱਤਾ ਹੈ ਨਹੀਂ 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 ਤੁਹਾਡਾ ਮਕਸਦ ਨਹੀਂ ਤੁਸੀਂ ਮੇਰਾ ਸਮਝ ਰਹੇ ਤੁਸੀਂ ਛੇਤੀ ਕਰ ਲਓ ਛੇਤੀ ਕਰਨੇ ਆ ਜ਼ਰਾ ਕਬਰਸਤਾਨ ਲੰਘ ਲਈਏ ਲੰਘ ਨਹੀਂ ਲਈਏ 72 ਕਦਮਾਂ ਤੇ ਦੁਆ ਮੰਗ ਲਈਏ 72 ਕਦਮਾਂ ਤੇ ਸਾਰਿਆਂ ਤੋਂ ਮੈਨੂੰ ਮਾਰ ਕੇ ਰਾਜ਼ੀ ਆ ਅੱਛਾ ਮੇਰੀ ਗੱਲ ਸੁਣੋ ਛੇ ਛੇਤੀ ਕਰ ਲਓ ਅੱਛਾ ਜੀ ਹਾਂ ਬਣ ਗਿਆ ਸੇ ਬਣ ਗਿਆ ਪੱਕੀ ਗੱਲ ਪੱਕੀ ਗੱਲ ਨਹੀਂ ਮੁੜਨਾ ਨਹੀਂ ਮੁੜਨਾ ਲਿਆ ਪਾਣੀ ਏ
सोनिया पटवारी साहब सियाने कहिंदे ने बंदे ने कष्ट कटना है ना तो पहला उहदा बंदोबस्त करके रखो छड्डदे जदों तैनूं जो पता लग गया काले कनाले आ हकीम ने सिर्फ 15 मिनट का टाइम दिता उन्हें क्या उस तो बाद तू फटिया खेड देनी मल्लेदार बहुत खुश होंदे ने छेती कर लो की कर रहे हो हुण की स्यापा पै गया पिछे 9 मिनट रह गए हुण की आ मेरी भैन आ रही है सुहागरात मोटर वे मना लगे नक्शा लाके फिर रही है ਭੈਣ ਆ ਰਹੀ ਹੈ ਹਾਂਜੀ ਉਹ ਵੀ ਅੱਜ ਹੀ ਆ ਰਹੀ ਹੈ ਪੱਕੀ ਗੱਲ ਹੈ ਪੱਕੀ ਗੱਲ ਨਹੀਂ ਮੁੰਡਾ ਲਿਆ ਪਾਣੀ ਏ ਅੱਗੋਂ ਨਹੀਂ ਆਏਗੀ ਇਹ ਉਹਦਾ ਆਖਰੀ ਫੇਰਾ ਹੋਏਗਾ ਅੱਗੋਂ ਨਹੀਂ ਕਹੇਗੀ ਮੈਂ ਭੈਣ ਘਰ ਜਾਣਾ ਇਹਦੀ ਭੈਣ ਨੂੰ ਇਹਨੂੰ ਆ ਲੈਣ ਦੇ ਅੱਛਾ ਇਹ ਛੇ ਬੜੀ ਮਹਿੰਗੀ ਹੈ ਤੈਨੂੰ ਹੀ ਫੜਾ मेरी माँ भी आ रही है डें 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 डें। अम्मी हजूर आ रहे ने? आ रहे ने। ओ की लैन आ रहे ने? ओए धी दा व्याह है ते धी दा व्याह जदों धी घरों टोर दित्ती है ते उत्थे पहुंचण दी की लोड है मेरी मां रात नूं मेरे कोल रहेगी पक्की गल है नहीं मुड़ना नहीं मुड़ना लिया पानी है अज अम्मी होरां दा भी कष्ट कट लईए डबल पूड़ी खावांगे डबल वड्डी जिम्मेदारी पै गई है पटवारी साहब पानी लिया आए रगच रगच मिक्स हो रही है ओहो की कर रही हो यार मेरी फुर्तियां वेख रही है ये बस आज ही वेखनी है लता उत्ते कर ओए उत्ते अन्नी दिया मैं चौंकड़ी नहीं मार सकती अच्छा हां अच्छा मेरी गल सुनो जी जान ये गल्ला छोड़ो तुसी ने एक काम करो छे छे ती काट लो हुण की स्यापा पै गया हाय हाय नाल मेरी 18 सहेलियां भी आ रही हैं 18 सहेलियां आ रही हैं हां जी आज ही आ रही हैं आज जी पक्की गल पक्की गल नहीं मुंडा नहीं मुंडा ओए जी जग पानी दा लिया ते पूरे हाल नु पानी पिया है पिछे मरदा बहिंदा इत्थे बहिंदा जान जी जान जान पुड़िया ने काम विखा दिता है ते बस चलिए अंदर पहुंचने वाली गल चलो ठीक है उंगली फड़ो मेरी ले ओए अब्बा 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 गोली 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 चुप चुप पिछन चल गया अब्बा अब्बा वेख ने की कीता अब्बा
ਅੱਬਾ ਇਹਨੇ ਤੇਰੀ ਮਰਜ਼ੀ ਤੋਂ ਖਿਲਾਫ ਵਿਆਹ ਕੀਤਾ ਸੀ, ਅੱਬਾ ਇਹਨੂੰ ਗੋਲੀ ਮਾਰ ਦੇ, ਅੱਬਾ ਨਾ, ਅੱਬਾ ਨਾ, ਅੱਬਾ ਨਾ, ਅੱਬਾ ਇਹਨੂੰ ਗੋਲੀ ਮਾਰ ਦੇ, ਇਹਨੇ ਤੇਰੀ ਮਰਜ਼ੀ ਤੋਂ ਖਿਲਾਫ ਵਿਆਹ ਕੀਤਾ, ਅੱਬੂ ਇਹਨੇ ਤੇਰੀ ਕਹਿਣਾ ਨਹੀਂ ਮੰਨਿਆ, ਇਹਨੂੰ ਗੋਲੀ ਮਾਰ ਦੇ ਅੱਬਾ। ਲੇਕਿਨ ਅੱਬਾ ਜੀ ਮੈਂ ਚੁੱਪ ਕਰ, ਇਸ ਘਰ ਵਿੱਚ ਕੁੜੀ ਦੀ ਆਵਾਜ਼ ਨਹੀਂ ਨਿਕਲਦੀ। ਚੁੱਪ, ਅੱਗੋ ਕੁਲੀ ਹੈ, ਕੁਲੀ ਹੈ, ਅੱਗੋ ਕੁਲੀ ਨੇ ਤੇਰੀ ਭਾਨੂ, ਅੱਗੋ ਕੁਲੀ ਹੈ, ਅੱਬੂ ਇਹਨੂੰ ਗੋਲੀ ਮਾਰ ਦੇ, ਇਹਨੇ ਖੋਤੀ ਦਾ ਬੱਚੇ ਨੇ ਤੇਰੀ ਮਰਜ਼ੀ ਦੇ ਖਿਲਾਫ ਵਿਆਹ ਕੀਤਾ, ਇਹਨੂੰ ਗੋਲੀ ਮਾਰ ਦੇ। ਵਿਆਹ ਕੀਤਾ ਇਹਨੂੰ ਗੋਲੀ ਮਾਰ ਦੇ, ਕੁੱਤੇ ਦੇ ਪੁੱਤਰ ਨੂੰ ਗੋਲੀ ਮਾਰ ਇਹਨੂੰ। ਵਿਆਹ ਨੂੰ ਛੱਡ, ਕੁੱਤੇ ਦੇ ਪੁੱਤਰ ਵਾਲਾ ਹਿਸਾਬ ਦੇ ਨਾ ਪਹਿਲਾਂ। ਹੈ ਅੱਬਾ, ਬਾਅਦ ਚੋਂ ਵੀ ਕਰ ਲਾਂਗੇ, ਇਹਨੂੰ ਗੋਲੀ ਮਾਰ ਅੱਬੂ ਨਾ। ਅੱਬੂ ਉਹ ਚੱਲ ਵਿਆਹ ਕਰ ਲਿਆ ਤੁਸੀਂ, ਹੁਣ ਕੀ ਐਵੇਂ ਵਿਆਹ ਕਰ ਲਿਆ ਤੂੰ, ਹੈ ਗੱਲ ਕਰਨ ਵਾਲੀ ਹੈ ਅੱਬੂ, ਇਹਨੂੰ ਗੋਲੀ ਮਾਰ ਤੂੰ ਯਾਰ, ਹੈ ਗੱਲ ਕਰਨ ਵਾਲੀ। ਘਰ ਆਇਆ ਵਿਆਹ, ਹੱਕ ਨਿਕਾਹ ਕੀਤਾ ਤੂੰ, ਓਏ ਹੱਕ ਨਿਕਾਹ ਨਹੀਂ ਕੀਤਾ, ਨਹੀਂ ਕੀਤਾ, ਓਏ ਉਹਨਾਂ ਨੇ ਗਲਤੀ ਕਰ ਲਈ ਹੈ ਤੇ ਜਵਾਨ ਪੁੱਤਰ ਮਾਰ ਦਿਆ। ਅੱਬਾ ਪਹਿਲੀ ਜ਼ਬਾਨ ਤੇ ਬੰਦਾ ਬਈ ਮਾਰ, ਹੁਣ ਉਹਨੇ ਕਰ ਲਿਆ, ਠੀਕ ਹੈ ਹੁਣ ਕੀ ਕਰਨਾ ਹੈ। ਅੱਬਾ ਜੀ ਤੋ ਚੱਲ ਅਗਾਓ, ਤੂੰ ਭੈਣ ਨੂੰ ਸਲਾਮ ਕਰ, ਅਗਾਓ ਅਗਾਓ, ਪਰਜਾਈਆਂ ਮਾਵਾਂ ਵਜਾਉਣ ਦੀਆਂ। ਚੱਲ ਮੈਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ, ਮੇਰੇ ਗੋਡੇ ਤੇ ਵੀ ਬਵੋ। ਕਿਹੜੇ ਗੋਡੇ ਤੇ ਬਵੋ? ਇਹਦੇ ਤੇ, ਇਹ ਤੇਰਾ ਗੋਡਾ ਜਿਹੜਾ ਬਾਰ-ਬਾਰ ਰਾਈ ਵੱਜਦਾ ਨਾ ਗਾਲੇ ਚ, ਬਹਿ ਜਾਗਾ, ਕੋਈ ਗੱਲ ਨਹੀਂ, ਗੋਡੇ ਦੇ ਹੋਰ ਪੁੱਤਰਾ ਵਜਾ ਹੁੰਦੇ ਨੇ। ਐਵੇਂ ਪੁੱਤਰਾ ਵਜਾ ਹੁੰਦੇ ਨੇ, ਐਵੇਂ ਪੁੱਤਰਾ ਵਜਾ ਹੁੰਦੇ ਨੇ। ਹਾਂ ਚੱਲ ਨਾ, ਉਹ ਅੱਬੂ ਜੀ ਤੁਹਾਨੂੰ ਨਹੀਂ ਸਮਝ ਆ ਰਹੀ, ਤੁਹਾਨੂੰ ਨਹੀਂ ਸਮਝ ਆ ਰਹੀ, ਕੀ ਨਹੀਂ ਆ ਰਹੀ, ਉਹਨੇ ਵਿਆਹ ਕਰ ਲਿਆ, ਹੋਰ ਕੀ ਨਹੀਂ ਸਮਝ ਆ ਰਹੀ, ਇਹਨੇ ਨਹੀਂ ਕੀਤਾ। ਹਾਂ ਆਪੇ ਕਹਿੰਦੇ ਆ, ਉਹਨੇ ਕੀਤਾ, ਕੀਤਾ ਤੇ ਉਹਨੇ ਵੇ, ਲੇਕਿਨ ਇਹਨੇ ਨਹੀਂ ਕੀਤਾ। ਅੱਬੂ ਜੀ ਕੀ ਮਤਲਬ? ਇਹ ਗੱਡੀ ਕਿਸੇ ਦੀ ਜੇ? ਹਾਂ ਤੇ ਡਰਾਈਵਰ ਚੇਂਜ ਹੋ ਗਿਆ ਜੀ। ਉਹ ਪੁੱਤਰ ਕਾਰ 'ਚ ਇੱਕ ਬੰਦਾ ਗੱਡੀ ਲੈਂਦਾ, ਹਾਂ ਦੂਜੇ ਭਰਾ ਵੀ ਚਲਾ ਚਲੂ ਲੈਂਦੇ ਨੇ, ਕਿਹੜੇ ਟਾਈਮ ਲੱਗੇ ਤੇ ਪਿਓ ਵੀ ਚਲਾ ਚਲੂ ਲੈਂਦਾ। ਪਿਓ ਨੇ ਭੈਣ ਲਿਆ ਹੀ ਆ, ਪਿਓ ਨੇ ਪੁੱਤਰ ਨਹੀਂ ਜੰਮਿਆ, ਚਾਹ ਨਾਲ ਕੇ ਪੁੱਤਰ ਦੀ ਗੱਡੀ ਮੈਂ ਚਲਾਵਾਂ। ਲਿਆ ਪਾਣੀ ਅੱਬੂ ਜੀ, ਹਾਥਾ ਕਿਸੇ ਦਾ ਜੇ ਤੇ ਨੀਹਾਂ ਕੋਈ ਕੱਢਣ ਲੱਗਾ ਜੇ। ਉਹ ਬੰਦਾ ਮਕਾਨ ਬਣਾਉਂਦਾ, 2000 ਹੱਥ ਪਵਾਉਂਦਾ ਹੀ ਰਹਿ ਕੇ, ਚਲੋ ਯਾਰ ਰਲ ਕੇ ਪਵਾਈਏ ਖੁਸ਼ੀ ਨਾਲ। ਉਹ ਦਿਹਾੜੀ ਕਿ ਲੈਂਦੇ ਨੇ? ਉਹ ਨਹੀਂ ਲੈਂਦੇ, ਚੱਲ ਮੁੰਡਿਆਂ ਲੈ ਕੇ ਤੂੰ ਅੰਦਰ, ਕਿੱਥੇ ਮੈਂ ਨਹੀਂ ਜਾਣ ਦੇਣਾ, ਮੈਂ ਨਹੀਂ ਜਾਣ ਦੇਣਾ। ਹੁਣ ਕੀ ਹੋਇਆ ਮਰਿਆ? ਅੱਬੂ ਜੀ ਨਹੀਂ, ਅੱਬੂ ਬੂਟੇ ਕਿਸੇ ਨੇ ਬੀਜੇ ਜੇ ਤੇ ਫਲ ਕੋਈ ਖਾਣ ਲੱਗਾ ਜੇ, ਤੇ ਫਲ ਵੀ ਬਾਬਾ ਪੱਕੇ ਆ। ਉਹ ਫਲ ਉਦੋਂ ਲੱਗਦਾ ਜਦੋਂ ਪਾਣੀ ਛਾਣੀ ਦਿੰਦੇ ਰਹੀਏ, ਐਵੇਂ ਦਿੰਦੇ ਰਹੀਏ। ਹਾਂ ਤੇ ਜਿਹੜਾ ਦਿੰਦਾ ਨਹੀਂ ਉਹ ਫਲ ਖਾਏਗਾ। ਓਏ ਬਾਹ ਕੱਢ, ਬਾਹ ਕੱਢ ਤੇਰੀ ਖੋਟ ਕੀ ਦਿਆ ਬੱਚਿਆ, ਉਹਦੀ ਬੀਵੀ ਆ, ਬਾਹ ਪਾਵੇ ਲੱਤ ਪਾਵੇ ਤੂੰ ਮਾਮਾ ਲੱਗ ਲੈ, ਬਾਹ ਬਾਹ ਤੂੰ ਬਾਹ ਚ ਬਾਹ ਪਾ। ਆ ਬਾਹ ਜਿੱਥੇ ਉਹਦੀ ਬਾਹ ਪੈ ਗਈ ਨਾ, ਹਾਂ ਇੰਨੀ ਕੁ ਬਾਹ ਦਾ ਪਤਾ ਵੀ ਨਹੀਂ ਲੱਗਦਾ। ਇਹ ਮੈਂ ਵੱਢ ਨਾ ਦਿਆਂਗਾ, ਭਰਜਾਈ ਹੱਲ ਹੋਏਗੀ ਤੇ। ਅੱਬਾ ਅੰਦਰ ਹੋ ਜਾ, ਅੰਦਰ ਹੋ ਜਾ, ਮੇਰਾ ਕਮਰਾ ਅੱਜ ਤੋਂ ਤੇਰਾ, ਜਾ ਮੁਕਾ ਕੰਮ ਵਿੱਚੋਂ ਅੱਜ, ਇਹਨੇ ਮੈਂ ਨਹੀਂ ਜਾਣ ਦੇਣਾ ਅੰਦਰ, ਅੱਜ ਜਾਵੇ ਹੀ ਜਾਵੇ ਅੰਦਰ। ਜੇ ਅੱਬਾ ਜੇ ਅੱਜ ਅੰਦਰ ਇਹ ਟੁਰ ਗਿਆ, ਹਾਂ ਤੇ ਸਮਝ ਲਈ ਟੁਰ ਗਿਆ, ਤੂੰ ਸਮਝ ਟੁਰ ਗਿਆ, ਜਾ ਅੱਜ ਮੇਰੀ ਲਾਸ਼ ਤੋਂ ਲੰਘ ਕੇ ਜਾਣ ਦੇ, ਪਰ ਇਹ ਗੱਲ ਨਾ ਮੇਰੀ ਲਾਸ਼ ਤੋਂ ਲੰਘ ਕੇ ਜਾਓ, ਇਹ ਗੱਲ। ਹਾਂ ਆ ਜੀ ਅੱਬਾ, ਮੈਂ ਨਹੀਂ ਜਾਣ ਦੇਣਾ, ਉਹ ਜਾਵੇ ਨਾ ਜਾਵੇ ਮੈਨੂੰ ਡਰ ਹੈ, ਤੂੰ ਟੁਰ ਜਾ ਰਿਹਾ ਇੱਧਰ ਦਬਾਓ। ਅੱਬਾ ਚੁੱਪ ਕਰ, ਤੇਰਾ ਵੀ ਕਰ ਦਿਆਂਗਾ, ਨਾਲ ਦਿਆਂ ਦੇ ਬਿੱਲੀ ਬੱਚੇ ਦੇ ਲਵੇ ਫਿਰ ਤੇਰਾ ਵੀ ਕਰ ਦਿਆਂਗਾ। ਅੱਬਾ ਪਤੀਲੀ ਕਿਸੇ ਨੇ ਕਾਲੀ ਕੀਤੀ ਆ ਤੇ ਉਹਨੂੰ ਕੂਚਾ ਕੋਈ ਹੋਰ ਮਾਰਨ ਲੱਗੇ, ਉਹ ਚੰਗਾ ਜਿਹੜਾ ਹੱਥ ਪਵਾ ਦੇਵੇ ਉਹਦੀ ਸਾਨੂੰ ਮਿਹਰਬਾਨੀ ਆ। ਅੱਬਾ ਐਵੇਂ ਮਿਹਰਬਾਨੀ ਆ, ਚੁੱਪ ਕਰ, ਕਰ ਦਿਆਂਗਾ ਤੇਰਾ ਉਹ ਸ਼ਗਨਾਂ ਦੀ ਰਾਤ ਏ, ਸ਼ਗਨਾਂ ਦੀ ਐਵੇਂ ਰਾਤ ਏ, ਉਧਰ ਕਮਰੇ ਵੱਲ ਨਾ ਜਾਈ, ਡਿਸਟਰਬ ਨਾ ਕਰੀ ਮੁੰਡੇ ਨੂੰ, ਡਿਸਟਰਬ ਅੱਬਾ ਤੇ ਇੰਨਾ ਹੀ ਕੰਮ ਸੀ ਰੋਣਾ ਪਾ ਮੈਂ ਜਾਣ ਦੇਣਾ। ਤੂੰ ਤੇ ਮਾਂ ਤੋਂ ਵੀ ਵੱਡੀ ਚੀਕ ਮਰਵਾ ਲਈ ਏ ਖੋਤੀ ਦੀ ਆ ਬੱਚਿਆ, ਅੱਲਾ ਖੈਰ ਹੋਣ ਡਿਆ। ਓਏ ਅੱਲੀ ਦੇ ਬੱਚਿਓ, ਵਿਆਹ ਕੇ ਲਿਆਏ ਹੋ ਕਿ ਪੈਸੇ ਪਾਏ ਜੇ ਹੋਏ?
ਅੱਬਾ ਜੀ ਹਾਂ ਤੁਸੀਂ ਰਹਿ ਰਹੇ ਹੋ ਤੁਸੀਂ ਵੀ ਹੋ ਆਓ ਬਕਵਾਸ ਨਾ ਕਰ ਪਿਓ ਨੂੰ ਸ਼ਰਮ ਨਹੀਂ ਆਉਂਦੀ ਇਹਦੀ ਗੱਲ ਕਰਦੇ ਆ ਉਹਨਾਂ ਭਰਾਵਾਂ ਨੂੰ ਨਹੀਂ ਸ਼ਰਮ ਆਉਂਦਾ ਹੀ ਤਾਂ ਮੈਨੂੰ ਕੀ ਪਤਾ ਕੀ ਚੱਕਰ ਚਲਾਏ ਅੱਜ ਅੱਬਾ ਜੀ ਬਕਵਾਸ ਬੰਦ ਕਰ ਇਹ ਖੁੱਤੀ ਕਿਸੇ ਨੇ ਕੱਢੀ ਵੇ ਹਾਂ ਇਹ ਉੱਥੇ ਬਾਂਟੇ ਕੋਈ ਹੋਰ ਕੱਢਣ ਦੇ ਆ ਅੱਜ ਚਲੋ ਜਿਉਂ ਜਿਉਂ ਨਾ ਕਰ ਭਰਾ ਤੇਰੇ ਨੇ ਵਿਆਹ ਕੀਤਾ ਅੱਬੂ ਉਹਨੇ ਨਹੀਂ ਕੀਤਾ ਮੈਂ ਹਾਲ ਚਾਲ ਪੁੱਛਾਂ ਅੱਬੂ ਉਹਨੇ ਨਹੀਂ ਕੀਤਾ ਓਏ ਵੀ ਬੜੇ ਅੱਗੇ ਕੱਲਾ ਰਹਿ ਗਿਆ ਉਤੋਂ ਪੁੜੀਆਂ ਘਵਾਉਂਦੇ ਅੱਛਾ ਠੀਕ ਹੈ ਬਟ ਤੇਰਾ ਮੈਸੇਜ ਪਹੁੰਚ ਗਿਆ ਤੂੰ ਨਾ ਬੋਲੇ ਤੇ ਬਰਾਦਰੀ ਚ ਨੱਕ ਤਾਂ ਨੀ ਰਹਿੰਦਾ ਕਾਲੇ ਕਨਾਲ ਇਹਨਾਂ ਦਾ ਮੈਂ ਇਲਾਜ ਕਰ ਲੈਂਦਾ ਇਹ ਜਿਹੜਾ ਚੱਕਰ ਚੱਲ ਰਿਹਾ ਨਾ ਇਹਨਾਂ ਨੂੰ ਬਾਬਾ ਜੀ ਵੱਡਾ ਹੀ ਕੰਮ ਲਵਾਉਂਦੇ ਆ ਆਪਣਾ ਕਿੱਥੇ ਟੁਰ ਗਿਆ ਏ ਫੋਨ ਕਰਨੇ ਆ ਵੱਡਾ ਹੀ ਇਹਨਾਂ ਨੂੰ ਕੰਮ ਲੱਗੇਗਾ ਬਾਬਾ ਜੀ ਹੈਲੋ ਉਹ ਤੈਨੂੰ ਮਿਲ ਗਿਆ ਬੜੀ ਬਾਈ ਖੋਲ ਕੇ ਸਿਮ ਰੱਖਣਾ ਤੂੰ ਜਿਹਦਾ ਮਰਜ਼ੀ ਤੈਨੂੰ ਮਿਲ ਜਾਂਦਾ ਹੈ ਉਹ ਛਿੱਦੇ ਉਹ ਕਿੱਥੇ ਰਹਿ ਗਈ ਹੈ ਉਹ ਮੈਂ ਵਿਆਹ ਕਰਕੇ ਆਇਆ ਸੀ ਘਰ ਦੇ ਵਿੱਚ ਅਤੇ ਅੱਬੇ ਨੇ ਐਲਾਨ ਕੀਤਾ ਸੀ ਕਿ ਜਿਹੜਾ ਵਿਆਹ ਕਰਕੇ ਆਇਆ ਉਹਨੂੰ ਮੈਂ ਗੋਲੀ ਮਾਰ ਦਿਆ ਹਾਂ ਅਤੇ ਮੈਂ ਆਪੇ ਕੋਲ ਗੋਲੀ ਤੋਂ ਡਰਦਾ ਨਾ ਆਪਣਾ ਹਾਰ ਲਾ ਕੇ ਤਾਂ ਵੱਡੇ ਦੇ ਗੱਲ 'ਚ ਪਾਇਆ ਜੀ ਤਾਂ ਵੱਡਾ ਵੀ ਪੱਕਾ ਹੋ ਗਈ ਅੱਬਾ ਵੀ ਪੱਕਾ ਹੋ ਗਿਆ ਜੀ ਹੋਰ ਤਾਂ ਹੋਰ ਮੇਰੀ ਬੁੱਢੀ ਵੀ ਪੱਕੀ ਹੋ ਗਈ ਆ ਹਾਂ ਤੂੰ ਇੰਝ ਕਰ ਬਾਬੇ ਦੇ ਕੋਲ ਜਾ ਅਤੇ ਉਹਨੂੰ ਕਹਿ ਟੈਟ ਗਿਆ ਤਵੀਤ ਬਣਾ ਕੇ ਦੇ ਜਿਹੜਾ ਇਹਨਾਂ ਨੂੰ ਮੈਂ ਘੋਲ ਕੇ ਪਿਆ ਵਾ ਇਹਨਾਂ ਦੇ ਘਰ 'ਚ ਲੜਾਈ ਪਵੇ ਤਾਂ ਕਿ ਫਿਰ ਆਪਣੀ ਜਗ੍ਹਾ 'ਤੇ ਆਪ ਹੀ ਆ ਜਾਣਗੇ ਆਹੋ ਤੂੰ ਤਵੀਤ ਲੈ ਕੇ ਆ ਤਵੀਤ ਬਾਬੇ ਨੂੰ ਕੋਈ ਇੱਕ ਨੰਬਰ ਤਵੀਤ ਹੋਵੇ ਇੱਕ ਨੰਬਰ ਤੈਨੂੰ ਪਤਾ ਲੱਗੇ ਪਿੱਛੇ ਕੀ ਡਿਜ਼ਾਈਨ ਬਣੇ ਆ ਜਿਮ ਕਰਦੇ ਹੋ ਜਿਮ ਕਰਨਾ ਮੈਂ ਆਪ ਹੀ ਕਰਨਾ ਭਾਜੀ ਮੈਂ ਹੋਸ਼ ਆ ਸਾਲਾ ਜ਼ਿੰਦਗੀ 'ਚ ਪਹਿਲੀ ਦਫ਼ਾ ਚੋਰੀ ਕਰਨ ਗਿਆ ਪਹਿਲੀ ਦਫ਼ਾ ਹੀ ਫੜਿਆ ਗਿਆ ਅੰਨੀ ਦਾ ਪੀਪਣੀ ਵਾਲੀ ਜੁੱਤੀ ਪਾ ਗਿਆ ਜੀ ਗੱਲਾਂ ਗੁੱਲਾਂ ਕਰੋ ਇੱਥੇ ਪਹਿਲੀ ਦਫਾ ਤੇ ਯੇ ਕਹੋ ਚੱਲ ਮੇਰਾ ਪੁੱਤ ਪਾਠ ਸੀ ਤੇ ਤੂੰ ਵੀ ਚੋਰ ਦਿਲ ਜੁਕਤਾ ਕਰੋ ਡਰਾਮੇ ਵਾਲੀਆਂ ਇਹਦਾ ਪਿਓ ਸਾਈਕਲ ਤੂੰ ਡਿੱਗ ਪਿਆ ਇਹਦੀ ਅੰਮੀ ਚੋਕੇ ਲਾ ਗਈ ਤਾਈਓ ਇਹ ਲਾਰੀ ਅੱਡੇ ਮੰਗਣ ਡੇ ਆ ਸੀ ਇਹ ਲਾਰੀ ਅੱਡੇ ਦੇਣ ਦੇ ਆ ਸੀ ਸੁੱਟ ਜਾਂਦਾ ਸਾਲੇ ਨੂੰ ਜ਼ਮੀਨ ਤੱਤੀ ਲੱਗਦੀ ਹੈ ਇੰਜਨ ਕਿਉਂ ਹੈ
ਜੰਮਣ ਤੋਂ ਪਹਿਲਾਂ ਵੀ ਹਿਲਦਾ ਸੀ ਦਸੀ ਦਾਈ ਗਈ ਹੈ ਤੇ ਨੁਕਰੇ ਲੱਗਾ ਹਾਂ ਬਈ ਮੇਰੀ ਗੱਲ ਉੱਥੇ ਹੀ ਹੈ ਇਹ ਨੁਕਰੇ ਲੱਗਾ ਲਾਈ ਦਾਈ ਨੇ ਫਿਰ ਛਾਤੀ ਮਾਰੀ ਤੇ ਦੂਸਰੀ ਨੁਕਰੇ ਇਹ ਵੀ ਤੀਸਰੀ ਨੁਕਰੇ ਲੱਗਾ ਸੀ ਸਾਲਾ ਇਹੋ ਜਿਹੇ ਬੰਦੇ ਭੈਣ ਨੂੰ ਵਿਆਹੁੰਦੇ ਨਹੀਂ ਆਂਡੇ ਖੋਲਦੇ ਰਹਿੰਦੇ ਕਿ ਗਰਮ ਹੋ ਕੇ ਆਪੇ ਹੀ ਨੱਸ ਜਾਏ ਮੈਂ ਘਰ ਗਿਆ ਇਹਨਾਂ ਨੇ ਮੈਨੂੰ ਉਹ ਇੱਜ਼ਤ ਦਿੱਤੀ ਉਹ ਮੈਨੂੰ ਇੱਜ਼ਤ ਲੁੱਟਣੀ ਨਹੀਂ ਪਈ ਸੱਤਵੀਂ ਮੰਜ਼ਲ ਤੇ ਬੈਠ ਕੇ ਪਾਨ ਖਾ ਰਿਹਾ ਅੱਛਾ ਤੇ ਸ਼ੌਕੀ ਕੀ ਕਰੇ ਛਾਲ ਮਾਰੇ ਬੈਠ ਤੇ ਬਾਰੀ ਚਾਵੇ ਪਚਕਾਰੀ ਮਾਰੀਓ ਬਾਹਰ ਛਾਲ ਮਾਰੇ ਬੈਠ ਤੇ ਬਾਰੀ ਚਾਵੇ ਪਚਕਾਰੀ ਮਾਰੀਓ ਬਾਹਰ ਸੱਤਵੀਂ ਅੱਠਵੀਂ ਪਚਕਾਰੀ ਤੇ ਭੁੱਲ ਗਿਆ ਬੈਠ ਤੇ ਪਚਕਾਰੀ ਮਾਰ ਕੇ ਤੇ ਆਪ ਮਾਰੀਓ ਬਾਹਰ ਗੌਰ ਨਾ ਸੁਣਨਾ ਬਾਈ ਇਹ ਸਾਲੇ ਦਾ ਵਿਆਹ ਹੋਇਆ ਇਹਨੂੰ ਪਹਿਲੀ ਸਲਾਮੀ ਮਿਲੀ ਤੇ ਚੀਜ਼ ਲੈਣ ਚਲਾ ਗਿਆ ਇਹਨੂੰ ਕਬਰਸਤਾਨੋ ਉਹ ਛਿੱਤਰ ਪਾਇਆ ਨੀ ਮੈਂ ਤੈਨੂੰ ਕੀ ਦੱਸਾਂ ਉਹ ਗੋਰਗਨ ਨੇ ਸਾਰੀ ਦਿਹਾੜੀ ਲਾ ਕੇ ਕਬਰ ਖੋਦ ਕੇ ਬਾਹਰ ਬੈਠਾ ਤੇ ਸਾਲਾ ਗੱਡੀ ਉੱਤੇ ਖਿਲਾਰ ਕੇ ਤੇ ਉਹਦਾ ਮੋਬਾਈਲ ਚੇਂਜ ਕਰਨ ਲੱਗ ਪਿਆ ਆਪਣੇ ਘਰ ਦੀ ਛੱਤ ਤੇ ਖਲੋਤਾ ਡਰੋਨ ਕੈਮਰਾ ਆਇਆ ਅਸਾਲਾ ਉਹਨੂੰ ਭੋਰੇ ਪਾਉਣ ਲੱਗ ਪਿਆ ਇਹ ਆਪਣੇ ਭਾਣਜੇ ਨੂੰ ਲੈ ਕੇ ਸੜਕ ਤੇ ਗਿਆ ਟੈਪ ਵਾਲੇ ਨੂੰ ਕਹਿ ਰਿਹਾ ਰੋਕ ਓਏ ਉਹ ਕਹਿੰਦਾ ਲਾਹੌਰ ਜਾਣੇ ਕਹਿੰਦਾ ਲਾਹੌਰ ਜਾਣਾ ਬੱਚਾ ਰੋਣ ਡਿਆ ਦੋ ਵਾਰੀ ਪਾਂ ਪਾਂ ਕਰਦੇ ਇਹ ਐਸਾ ਚਬੜਾ ਇਹ ਤਾਂ ਕੱਦ ਪਹਿਲੇ ਵੇਖ ਮੈਂ ਇਹਦਾ ਬਹੁਤ ਅਦਬ ਕਰਨਾ ਕਿਉਂ ਕਿਉਂਕਿ ਇਹਦੇ ਨਾਲ ਦਾ ਹਰ ਬੰਦੇ ਦੇ ਨਾਲ ਹੁੰਦਾ ਮੁਕੱਦਰ ਨਸੀਬ ਸੜ ਗਾ ਸ਼ਹਿਜ਼ਾਦਾ ਇਹ ਕੱਲਾ ਹੀ ਤਾਂ ਨਹੀਂ ਬਰੀਕ ਪੂਰੀ ਫੈਮਿਲੀ ਮਾਸ਼ਾਅੱਲਾ ਬਰੀਕ 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 ਅੱਛਾ ਇੱਕ ਦਿਨ ਗਰਮੀਆਂ ਛਾਤੇ ਦਰੀਆਂ ਵਿਛਾ ਕੇ ਸੁੱਤੇ ਨੇ ਹਲਕੀ ਜੀ ਬਾਰਿਸ਼ ਆਈ ਹੈ ਪਰਨਾਲੇ ਰਾਹ ਥੱਲੇ ਆ ਗਏ ਹੋ ਜਾ ਰਹੇ ਮੈਂ ਤੇ ਕਹਿਣਾ ਚਾਹ ਰਿਹਾ ਸੀ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਦੁਆ ਕਰੀਏ ਆਮੀਨ ਕਿ ਅੱਲਾ ਸਾਡਾ ਹੁਕਮਰਾਨ ਠੀਕ ਕਰ ਦੇਵੇ ਆਮੀਨ ਤੁਹਾਡੀ ਗੱਲ ਚ ਬਰਕਤ ਨਹੀਂ ਪੈਣ ਦੀ ਕਿਉਂ ਬੋਲਣ ਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਸਾਂ ਕਿ ਯਾਰ ਸਭ ਦੁਆ ਕਰੋ ਕਿ ਅੱਲਾ ਮੀਆਂ ਸਾਡਾ ਹੁਕਮਰਾਨ ਸਹੀ ਕਰਦਾ ਓਏ ਅੱਛਾ ਅਸੀਂ ਸਾਰੇ ਇਮਰਾਨ ਖਾਨ ਨੂੰ ਫਰਿਸ਼ਤਾ ਸਮਝਦੇ ਸਨ ਬਾਅਦ ਚੋਂ ਪਤਾ ਲੱਗਾ ਮੌਤ ਦਾ ਹੈਲਮੇਟ ਪਾਇਆ ਸੂ ਤੇ ਯਾਦ ਨੀ ਰਿਹਾ ਤੇ ਵਿੱਚ ਹੀ ਥੁੱਕ ਦਿੱਤਾ ਕਿੱਥੇ ਥੁੱਕਤਾ ਯਾਰ ਘਰੋਂ ਨਿਕਲੇ ਇਹਨੇ ਕਿਤੇ ਜਾਣਾ ਸੀ ਮੋਟਰਸਾਈਕਲ ਕੱਢੀ ਸੂ ਕਹਿੰਦੇ ਕਹਿੰਦੇ ਤੂੰ ਮੈਂ ਕੀ ਕੀਤਾ ਵਿੱਚ ਹੀ ਥੁੱਕ ਦਿੱਤਾ
ते तैनू थुक किवें महसूस होया? नहीं गल की है गल यार, हेलमेट पाया तू? जगह बदल ले आयो, आराम ना, आराम। की गल की है? तू बाहर निकले? मैं मोटरसाइकिल लई है। मैं लई है? मेरी तो तलाश ही लेना। पूरी गल की मोटरसाइकिल हेलमेट पाया, तेन याद नहीं रहा, तू बेच ही थुक दिता। हेलमेट पाया भुल गया, थुक दिता। तेनू उदो पता लगा होना जो तू मोटरसाइकिल लत्था होना। अपनी मां प्यार करता है, खुल के ताड़ी मारो। हालत सेवन तो आया, मैं नौकर, मैं जो पुड़ी ना प्यार करता। उतरी दिया बचिया मेहमान खिदमत करनी है। अच्छा, जेड़े अपा जी लगे सी मेहमान बैठो अपना। ओए उन्होंने कहा दस्तरखान लाओ। अरे दस्तरखान लाओ, लाओ। ये की है? आज दस्तरखान पड़ाओ, थोड़ा पूरा 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 थोड़ा जो पूरा कर ले। बाकी सवाल है छेती लिया, छेती लिया, छेती लिया। बड़ी की है? एक ग्लास बड़ी टेक पे लगे जो कोई पक्का नहीं आओ, जो मर्जी फटाफट ले आओ, फटाफट ले आओ। बाजी भी शीरा ना मुंडा है ना, फटाफट ले आओ। ले आ भाई, ले आ भाई, ले। ओ दो डोंगे नहीं। फटाफट ले आओ, फटाफट ले आओ। बाल्टी लस्सी दी भरी है, नार ते नार ना चढ़ दे। रख 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 रख। ये कुछ भी नहीं। तेरी क्यों इंज भैन निकली पई आ यार? आयो यार, तुसी मेरी इन्नी खिदमत कर रहे हो, मैं तुहाडा भनोइया वा। आयो बड़े 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 ले आ रहे अज कल हराम दे अख्त है जी। दस्तरखान ते बह गए हो जी सर? जुत्ती ला के बैठा, जुत्ती ला जी। शुरू करो जी, बारो आयो। हाँ जी, ते हाथ तेरे प्योड़ धोने, हाथ तेरे प्योड़ हाथ हो गया। टूटी 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 टूटी। आओ जी, आओ जी, आओ जी।
ਹਾਏ ਤੇਰੀ ਡਿਊਟੀ ਲੱਗੀ ਓਏ ਸ਼ੁਰੂ ਕਰੋ ਜੀ ਮੁਸਲਮਾਨ ਹੋ ਜੀ ਤੇ ਬਿਸਮਿਲਾ ਤੁਹਾਡੇ ਪਿਓ ਪੜ੍ਹੀ ਹੈ ਬਿਸਮਿਲਾ ਪੜ੍ਹੋ ਉਹ ਉੱਧਰ ਬੈਠਾ ਹੈ ਉੱਧਰ ਬੈਠਾ ਹੈ ਖੁਦਾ ਦੀ ਕਸਮੇ ਤੁਹਾਡੇ ਪਿਆਰ ਲਈ ਮਾਰ ਖਾਈ ਦੀ ਹੈ ਤੁਹਾਨੂੰ ਖੁਸ਼ ਕਰਨ ਲਈ ਜਿੰਨੇ ਵੀ ਇੱਥੇ ਆਏ ਹੁੰਦੇ ਇਸੇ ਹੀ ਕੰਮ ਦੇ ਪੈਸੇ ਲੈਣਾ ਹੋਰ ਤੂੰ ਦਿਲ ਦਾ ਡਾਕਟਰ ਨਹੀਂ ਤੂੰ ਹੈ ਇਹ ਸਾਰੇ ਸਾਡੇ ਬੱਚੇ ਹੈ ਇਹ ਕੀ ਖਾ ਰਹੇ ਹੋ ਹਾਏ ਚਾਂਪ ਖਾ ਰਿਹਾ ਉਹ ਤੇ ਅੱਜ ਪਕਾਈ ਨਹੀਂ ਪਕਾਈ ਨਹੀਂ ਕੀ ਖਾਵਾਂ ਇਹ ਲੈਗ ਪੀਸ ਖਾਓ ਇਹ ਖਾਓ ਹਾਂ ਇਹ ਖਾਓ ਇਹ ਕੀ ਖਾਧਾ ਜੇ ਇਹ ਮੈਂ ਬੇਟਾ ਇਹਨਾਂ ਨਾਲ ਬੱਕ ਪੀਸ ਖਾਧਾ ਕਿਹੜਾ ਪੀਸ ਖਾਧਾ ਮੁਰਗੇ ਦਾ ਮੱਛੀ ਤਲੀ ਮੱਛੀ ਤਲੀ ਹੈ ਇਹ ਖਾਓ ਹੈ ਅੱਗੇ ਪੋ ਆਹ ਖਾਓ ਕੀ ਖਾਧਾ ਜੇ ਇਹ ਤੇ ਬਿਰਿਆਨੀ ਹੈ ਮਜ਼ੇਦਾਰ ਓ ਚਟਨੀ ਹੈ ਪੂਤਲੇ ਦੀ ਚਟਨੀ ਦੀ ਆ ਤੁਹਾਨੂੰ ਹਜਾ ਹੀ ਨਹੀਂ ਆਉਂਦਾ ਹੈ ਬਾਣੀ ਐ ਐ ਫੜੋ ਜੀ ਤੂੰ ਵੀ ਫੜ ਤੁਸੀਂ ਐ ਫੜੋ ਬਈ ਮਜ਼ੇਦਾਰ ਹੈ ਐ ਮੈਂ ਪਲੇਟ ਫੜਾਈ ਹੈ ਪੂਰੀ ਸੇਜ ਸਜੀ ਪਈ ਖਾਓ ਛੋਰਾ ਹਾਂ ਛੋਰੇ ਵਾਲਾ ਸਾਲਣ ਛੋਰੇ ਵਾਲਾ ਸਾਲਣ ਜੀ ਹੱਥ ਮਾਰਨ ਡੋਂਗੇ ਨਾਲ ਪਾ ਇਹ ਛੋਰੇ ਵਾਲਾ ਸਾਲਣ ਹਾਂਜੀ ਮਾਮਾ ਲੱਸੀ ਦਾ ਗਲਾਸ ਭਰ ਕੇ ਰੱਖਿਆ ਉੱਤੇ ਦੇ ਪੁੱਤਰਾ ਤੁਸੀਂ ਮੈਨੂੰ ਇੰਨਾ ਮਾਰੇ ਮੈਨੂੰ ਇਹ ਨਹੀਂ ਪਤਾ ਥੱਲੇ ਕੀ ਕੀ ਹੈ ਅੱਜ ਅੱਜ ਬੋਝ ਹਵਾਲਾ ਥੱਲੇ ਕੀ ਕੀ ਪਿਆ ਹੈ ਥੱਲੇ ਬਹੁਤ ਕੁਝ ਹੈ ਵੇਖੋ ਖੁਦਾ ਇਹਨਾਂ ਦੇ ਬਾਦਸ਼ਾਹ ਦੇ ਘਰ ਇਮਰਾਨ ਖਾਨ ਕੋਲ ਮੱਗਿਆ ਇੰਨਾ ਕੁਝ ਨਹੀਂ ਮਿਲਿਆ ਕਿਆ ਛੇਤੀ ਛੇਤੀ ਕਹਾ ਸਾਲਣ ਠੰਡਾ ਕਰਨਾ ਹੀ ਇੱਕ ਲੋਈ ਮੈਂ ਸੂਪ ਪੀ ਲਾ ਸੂਈ ਮੇਰਾ ਬੋਲ ਸੜ ਗਿਆ ਇੰਨੀ ਬਰਫ ਪਾਈ ਹੈ ਪਾਣੀ 'ਚ ਫਿਰ ਵੀ ਤੇਰਾ ਬੋਲ ਸੜ ਗਿਆ ਹੈ ਬੋਤਲ ਪੀਓ ਜੀ ਆ ਤੇਰੀ ਖੈਰ ਹੋਵੇ ਸ਼ਹਿਜ਼ਾਦੇ ਸ਼ਹਿਜ਼ਾਦੇ ਚਾਬੀ ਦੇ ਟਕਨ ਸ਼ਹਿਜ਼ਾਦ ਦੀ ਪੁੱਤ ਤੇ ਡਕਾਰ ਆਉਂਦਾ ਹੀ ਨਹੀਂ ਕੁੱਤੇ ਦੇ ਪੁੱਤ ਆ ਟੀ ਬਤਮੀਜ਼ ਬੇਗੈਰਤ ਸਾਦਾ ਸਾਦਾ ਹੀ ਮਾਰਾਂਗੇ ਫੜੀਏ ਕੁੱਤੇ ਦੇ ਆ ਪੁੱਤਰਾ ਗੰਡ ਵਾਲਾ ਪਾਸਾ ਹੈ ਗੰਡ ਵਾਲਾ ਓਏ ਫੜੀਏ ਓਏ ਫੜੀਏ ਓਏ ਫੜੀਏ ਓਏ ਫੜੀਏ ਓਏ ਫੜੀਏ ਫੜੀ ਨਾ ਮਾਰ ਕੋਈ ਗੱਲ ਨਹੀਂ ਆਈ ਘੋੜਾ ਖੁੱਲ੍ਹਾ ਸਾਡਾ ਸਾਡਾ ਘੋੜਾ ਜੀ ਮਿਹਰਬਾਨੀ ਮਿਹਰਬਾਨੀ ਖੈਰ ਹੋਏ ਵੇਖੋ ਤੂੰ ਸਹੀ ਹਾਲੇ ਤੱਕ ਉਹ ਤਵੀ ਤਲਾਕ ਨਹੀਂ ਆਇਆ ਮੈਨੂੰ ਤੇ ਇਹ ਟੈਨਸ਼ਨ ਪਈ ਹੈ ਕਿ ਕੰਮ ਹੋਰ ਨਾ ਵਿਗੜ ਜਾਏ ਚਲੋ ਬਾਕੀ ਵੀ ਸੁਣ ਰਹੇ ਨੇ ਤੁਸੀਂ ਵੀ ਸੁਣ ਰਹੇ ਹੋ ਸਾਨੂੰ ਵੀ ਪਤਾ ਲੱਗ ਗਿਆ ਬੈਠੇ ਨੇ ਗੱਲ ਭਲਾ ਕੀ ਇਹ ਵੇ ਸਾਡਾ ਲਾਈਵ ਕੰਮ ਅਗਰ ਸਾਡੇ ਮੂੰਹ ਕੋਈ ਐਸਾ ਫਿਕਰਾ ਨਿਕਲ ਜਾਣਾ ਉਹ ਬਦਤਮੀਜ਼ੀ ਦੇ ਵਿੱਚ ਸ਼ੁਮਾਰ ਹੋ ਜਾਂਦਾ ਅਤੇ ਮਿਹਰਬਾਨੀ ਤੁਸੀਂ ਸਾਡੇ ਮੋਹਤਰਮ ਆਪਣਾ ਲੈ ਕੇ ਆਇਆ ਤਵੀਜ਼ ਤਵੀਜ਼ ਨਹੀਂ ਉਹਨਾਂ ਦਮ ਕਰਕੇ ਦਿੱਤਾ ਅੱਛਾ ਉਹਨਾਂ ਦਿੱਤੀ ਹੈ ਮਠਿਆਈ ਦਮ ਕਰਕੇ ਯਾਨੀ ਕਿ ਪੱਕਾ ਕੰਮ ਲਾਇਆ ਪੱਕਾ ਕੀ ਬਾਤ ਹੈ ਐ ਫੜੋ ਮਠਿਆਈ ਵਾਲਾ ਕੰਮ ਹੁੰਦਾ ਹੀ ਸੁੱਚਾ ਬਾਬਾ ਜੀ ਹਾਂ ਜੀ ਅੱਛਾ ਅਤੇ ਤੌਰ ਤਰੀਕਾ ਕੀ ਹੈ
मैं गलती कर बैठा सा लिहाजा मैं ओदा गलती दा जाना भी भुगतन डिया वा लिहाजा प्यारे मेनू पहले ही चाहिदा सी के वड्डे भरा दा पहला विआह हुंदा फिर मेरा होना चाहिए ऐ गल ए मैं भी पहला लड़ाई पा के बह गया जी पहला मेरा होवे पहला मेरा होवे अबे दे डर तो आके तो मैं वड्डे दे गल च हार पाया चलो जिथे मियां बीवी राजी उथे की करेगा काजी ताडी खुशी दे विच मैं मठियाई मंगाई जी 5 किलो मठियाई मंगाई मैं सॉरी वंडी सॉरी अच्छा ए थोड़ी जी रागी तुहाडे मुकद्दरा दी ए भी वंड दियो मिठास पता लगेगा चास पी जो मैं मन गया तो तुम क्यों नहीं मन डे रसगुल्ले ने साडे कोल वड्डे वड्डे ने यार छेती छेती खाओ असर मुक जाना इन्हां दा चिट्टा लैण यार तू चिट्टा ना गल कर मैं काला नहीं मैनू नहीं काला पसंद सवाल यार तेन कबूतर आले खुडे च भी काला ही पसंद सी पटवारी नाल फिरो बेचारा तीसरे दिन किराए ते मकान लभन लिया लैंड क्रूजर वाले नाल सिर्फ लाहौर तक जाओ वापसी ते बेचारा चिंग जी पिछे बैठा हूं मैं यार मैं नहीं कदी इंज कीता तुसी पता नहीं की गल्ला कर रहे हो बल्कि किसी ने भी कदी इंज नहीं कीता कुड़ियां बहुत अच्छियां तुसी मानदियां ही नहीं साल या 2 साल नहीं हुंदे आके लैंड क्रूजर ले लैंदियां अच्छा मैं 22 साल च मेहरान लेके ओदे नाल वड्डा ताला थल्ले लाए आ रेंज दियां गल्लां ना कल शुक्र करो कुड़ियां मौजां लगियां बंदे कमांदे ने तुहानू ही देंदे ने अच्छा ए गुजरा लाना हुंदा अद्धे लाहौर ते छत नहीं सी फेणी ਚੰਗੀ ਗੱਲ ਏ ਪੂਰਾ ਹਫਤਾ ਕਮਾ ਕੇ ਸੈਚਲ ਦੇ ਨਾਈਟ ਤੁਹਾਨੂੰ ਦੇ ਹੁੰਦੇ ਨੇ ਜਾ ਕੇ
ਚੰਗੀ ਗੱਲ ਏ, ਰੱਬ ਇਹਨਾਂ ਨੂੰ ਦਿੰਦਾ ਰਵੇ ਤੇ ਅੱਗੇ ਜਾ ਕੇ ਪਹੁੰਚਾਉਂਦੇ ਆ। ਕੁੜੀਆਂ ਦੀਆਂ ਮੌਜਾਂ ਨੇ ਭਾਈ ਇਹ ਦੁਨੀਆ ਤੇ, ਕੀ ਬੰਦੇ ਤੇ ਵਿਚਾਰੇ ਮਜ਼ਲੂਮ ਨੇ, ਹਾਏ ਹਾਏ ਬਹੁਤ ਬਹੁਤ ਮਜ਼ਲੂਮ ਨੇ ਬਹੁਤ। ਦੇਖੋ ਨਾ ਬੰਦਾ ਵਿਚਾਰਾ ਤੇ 7 ਦਿਨਾਂ ਦਾ ਨਹੀਂ ਹੁੰਦਾ, ਜ਼ੁਲਮ ਸ਼ੁਰੂ ਹੋ ਜਾਂਦਾ। ਵੈਸੇ ਉਹ ਕਿਵੇਂ ਤਲਵਾਰ ਤੁਹਾਡੀ ਤਾਂ ਸਿਰਫ ਝੰਡ ਲੈਂਦੀ ਹੈ ਨਾ, ਤੇ ਹੁਣ ਛਿਲੇ ਦੇ ਬੱਚੇ ਨੂੰ ਕੀ ਪਤਾ ਹੁੰਦਾ ਚਿੜੀ ਕਿਹੜੀ ਹੈ ਤੇ ਕਾਂ ਕਿਹੜਾ। ਮੌਜਾਂ ਲੱਗੀਆਂ, ਸਾਲੀਓ ਵਿਆਹ ਹੁੰਦਾ, ਸਾਲੀਓ ਸਾਲੀਓ ਕੀ ਹੁੰਦਾ, ਬੜਾ ਦਿਲ ਚ ਲੱਡੂ ਫੁੱਟਦੇ ਨੇ, ਫਟਾਫਟ ਮਸਹਿਰੀ ਚ ਵੜ ਜਾ। ਮਰਦ ਵਿਚਾਰੇ 3,00,000 ਲਾ ਕੇ ਵੀ ਅੱਲਾ ਕੇ ਦੁਆਵਾਂ ਕਰਨ ਡਾ, ਯਾ ਅੱਲਾ ਹੁਣ ਤੂੰ ਹੀ ਇਸਤਾ ਰੱਖਣਾ। ਵੈਸੇ ਉਹ ਕਿਵੇਂ ਤੁਹਾਨੂੰ ਤੰਬੂ ਖਿਲਾਰਨਾ ਪਵੇ ਤੁਹਾਨੂੰ ਲੱਗ ਸਮਝਿਆ, ਤੰਬੂ ਨੀ ਲੱਗਦੇ, ਹਨੇਰੀ ਆਉਂਦੀ ਹੈ ਤੇ ਇੰਜਾਂ ਨਹੀਂ ਹੁੰਦੇ ਨੇ। ਅੱਲਾ ਦਾ ਸ਼ੁਕਰ ਕਰੋ ਬੰਦੇ ਆਏ ਨੇ ਤੇ ਤੁਹਾਡੀਆਂ ਮੌਜਾਂ ਨਖਰੇ ਵੇਖਣ ਵਾਲੇ ਆਏ ਨੇ, ਤੁਹਾਡੀਆਂ ਵੀ ਮੌਜਾਂ ਲੱਗੀਆਂ ਜੇ ਔਰਤਾਂ ਆਏ ਤੇ। ਔਰਤਾਂ ਦਾ ਆਈ ਹੁੰਦੀਆਂ ਚੰਗਾ ਹੀ। ਅੱਛਾ ਜੀ, ਅਸਾਂ ਭਰਾਵਾਂ ਆਪਸ ਵਿੱਚ ਸਲਾਹ ਮਸ਼ਵਰਾ ਕਰ ਲੈਣਾ, ਨਹੀਂ ਤੇ ਉਹ ਤਾਂ ਤੁਸੀਂ ਹੁਣ ਵੀ ਕਰ ਲੈਂਦੇ ਹੋ। ਔਰਤਾਂ ਬੰਦੇ ਨਾਲ ਹੁੰਦੇ, ਤੁਸਾਂ ਮਰਨ ਵਾਲੀਆਂ ਹੋ ਜਾਣਾ ਸੀ। ਅੱਛਾ ਜੀ, ਆ ਸੁਰਖੀਆਂ ਬੇਬੇ ਨੂੰ ਲਾ ਕੇ ਵਹਾਣੀਆਂ ਸਾਡੇ ਹੈ। ਬੰਦੇ ਨਾਲ ਹੁੰਦਾ, ਤੁਸਾਂ ਜਾਨਵਰਾਂ ਨਾਲ ਫਸਣਾ ਸੀ। ਨਹੀਂ ਜਾਨਵਰਾਂ ਨਾਲ, ਤੁਸਾਂ ਸੰਡੇ ਦੀ ਪੂਛਲ ਫੜ ਫੜ ਕਹਿਣਾ ਜੇਦੇ ਆਈ ਲਵ ਯੂ ਜੇਦੇ ਆਈ ਸਹੇਲੀਆਂ ਨੇ ਇੱਕ ਦੂਜੇ ਨੂੰ ਪੀੜ ਆ। ਫਰੀਨ ਸਾਲ ਹੋਇਆ ਵਿਆਹ ਨੂੰ, ਕੁਛ ਹੋਇਆ ਨਹੀਂ ਭੈਣਾਂ, ਅੱਲਾ ਨੇ ਪੂਰੇ ਰੰਗ ਦਾ ਬਾਂਦਰ ਦਿੱਤਾ। ਪੂਰੇ ਰੰਗ ਦਾ ਨਹੀਂ, ਹਾਂ ਨੀਲੇ ਰੰਗ ਦਾ। ਅੱਛਾ, ਤੁਸੀਂ ਔਰਤਾਂ ਜਿਹੜਾ ਮਰਜ਼ੀ ਰੰਗ ਕਰ ਸਕਦੀਆਂ। ਅੱਛਾ ਜੀ, ਵੈਸੇ ਤੁਹਾਡੇ ਬੱਚੇ ਹੈ ਨੇ? ਬੜੇ ਕੁੱਤੇ ਦੇ ਬੱਚੇ ਨੇ ਮੇਰੇ, ਜਿਹੜੇ ਬੱਚੇ ਹੈ ਨੇ। ਅੱਛਾ ਹੈ ਨੇ, ਹਾਂ 4-5 ਨੇ। ਛੋਟੇ ਛੋਟੇ ਬੱਚੇ ਨੇ? ਛੋਟੇ ਛੋਟੇ ਮੇਰੇ ਨਾਲੋਂ ਸਾਲ ਸਾਲ ਹੀ ਵੱਡੇ ਨੇ ਬਸ। ਕੀ ਮਤਲਬ? ਮੈਂ ਤੁਹਾਨੂੰ ਵਹਾਨਾ ਬੁਲਾਓ, ਉਹਨਾਂ ਨੂੰ ਟੀਕੇ ਲੱਗਣਗੇ। ਬਾਲੋ ਬੱਚਿਓ, ਜੱਦੀ ਆਈ ਜੱਦੀ ਆਈ ਨਾਲ ਵਾਲਦੀ, ਜੱਦੀ ਆਈ ਜੱਦੀ ਆਈ ਨਾਲ ਵਾਲਦੀ, ਜੱਦੀ ਆਈ ਜੱਦੀ ਆਈ ਨਾਲ ਵਾਲਦੀ, ਜੱਦੀ ਆਈ ਜੱਦੀ ਆਈ ਨਾਲ ਵਾਲਦੀ। ਮੇਰੇ ਨਾਲੋਂ 87 ਸਾਲ ਵੱਡਾ, ਇਹ ਦੁਨੀਆ ਤੇ ਆਇਆ, ਇਹਨੇ ਆਪਣੀ ਮਾਂ ਪਸੰਦ ਕੀਤੀ ਹੈ, ਫਿਰ ਮੇਰੇ ਨਾਲ ਫਸਵਾਈ ਹੈ, ਫਿਰ ਵਿਆਹ ਕਰਾਇਆ, ਫਿਰ ਜੰਮਿਆ ਜਾ ਕੇ। ਦੁੱਧੂ ਬੱਚਾ ਬਹੁਤ ਬਦਤਮੀਜ਼ ਬੱਚਾ। ਅੰਮੀ ਓਏ ਅੰਮੀ, ਅੱਬੂ ਅੱਬੂ ਹਰੀ ਤਾਂ ਕਦੀ ਲਾਡ ਨਹੀਂ ਆਇਆ। ਅੰਮੀ ਕੀ ਏ, ਮੇਰੀ ਨੈਪੀ ਚੇਂਜ ਕਰ ਦੋ। ਮੈਂ ਚਪੇੜ ਨਾ ਮਾਰਾ, ਨੈਪੀ ਚੇਂਜ ਕਰ ਦੋ। ਤੰਬੂ ਦਾ ਬਣਵਾਣਾ ਕੱਚਾ। ਮੈਂ ਨਹੀਂ ਆਪਣੀ ਅੰਮੀ ਸੇ ਬੋਲਤਾ, ਕਿਉਂ ਇਸਕੋ ਨੈਪੀ ਔਰ ਮੁਝੇ ਸ਼ਨੀ ਪ੍ਰਾਸ ਕਿਉਂ ਲਗਾਤੇ ਹੋ। ਅੰਮੀ ਕੀ ਤਕਲੀਫ ਏ, ਐ ਭਰ ਦਿਓ। ਪਾਣੀ ਚ ਬਰਫ ਪਾਈ ਸੀ ਜਦੋਂ ਇਹ ਪੈਦਾ ਹੋਣ ਵਾਲਾ, ਦਾਈ ਕੋਲ ਉਹਨੇ ਫੜਿਆ, ਇਹਨੇ ਕਿਹਾ ਉਹ ਬਰਫ ਵਾਲੇ ਪਾਣੀ ਚ ਜਾ ਪਿਆ, ਉਦੋਂ ਦੀ ਠੰਡ ਲੱਗੀ। ਬੇਬੀ ਲੋਤਾ ਨਾ, ਤੂੰ ਮਾਮਾ ਉਸਕੋ ਗਲੇ ਲਗਾ ਕੇ ਚੁੱਪ ਕੇ ਲੈਤੀ ਹੈ।
ਕਿਹੜਾ ਬੇਬੀ ਮਾਮਾ ਤੇਰੇ ਛਾਤੀ ਤੇ ਏਡੇ ਏਡੇ ਵਾਲ ਨੇ ਖੋਤੀ ਦਿਆ ਬੱਚਿਆ अच्छा वैसे आपको पांच चीजें गिफ्ट मिलेगी। हां पांच। हां जी पांच। दो तीन पांच तेरे बदे जंज लोका ने मारे बट्टे तेरे बदे फिस के डेले। वैसे पता नहीं केड़े खुश किस्मत बंदे ने यानी कौन से जिन्हां दे नसीबां च एहो जियां ने सोनिया डेले फिस सैचल दे नाइट हुंदी है मियां बीवी नु पता हुंदा है आज की प्रोग्राम है असि बुढ़ी फ्रूट भी खुआईए जोड़ा भी लैके दईए फिर कही ना अज फिर है मेरे ना गल ना करी मैं सवेरे मशीन लानी है हला सुतियां उठदियां ने फ्रेश कर दिंदियां बंदा छे छे ते सराने लैके सौंदियां एक इथे इथे दो इथे थोड़ी सी टांग सीधी करो पिछली आवाज मारो आफरीन जी ते साड़ियां बेचारियां थकियां खुरली जी पई होंदियां आवाज मारो बशीरा की है वे उठ दे हाय मेरे पैसे किन्ने कटे मेरे पैसे किन्ने कटे अब्बा बाकी गल्ला ठीक ने हां तेरी सलवार पट्टी ओ ओ माय गॉड की होया की होया खाली है ना तां डिगाए ए जरा खाली है ते जरा हां अब्बा तेनु भरया देंदा पुत्र आप दे लेने आई हैं जी आपको टीके लगने हैं खसरे के मैंने खुसरे को टीका लगवाना बेटा खुसरा नहीं वो आप लांदी है खुसरे को केड़ा टीका होंदा है मेनू पीर नहीं है हैं मेनू पीर नहीं है झूठा तेनु तो इथे पीर ही नहीं होंदी झूठा पछवाड़ा अमित उम्र करो चक्कर बंदा अपने हुसन दा सदका खरैत कढ़दा ही रहिंदा ਜਦੋਂ ਇਹਨੂੰ ਮੇਰੇ ਕੋਲ ਪਿਆਰ ਨਾ ਮਿਲੇ ਅੱਗੋ ਇਹ ਕੋਲ ਮਮਤਾ ਦਾ ਪਿਆਰ ਮਿਲ ਲੈਂਦਾ
थले मेरा साह कुटिया जाता मैं तेरा मुंह तोड़ देना तू आखिर मैंने बदतमीजी की मैं राम ना तू खिची किसी और दी अच्छा जी मैं खिची कई दी हाँ। अख चना मार दिया जे उंगला थले रखो उंगला थले नौकरी गई पासे तेनों नहीं मैं छड़ना खोती दिया बच्चिया तू आग ला के माल मजे लेने जा रहे हैं एक ही निकलाया थलियो छिलिया छिलाया बच्चियो ताड़ी मां की धौन फेर अम्मी हाँ तेरी ममता झेड रस्ते बाहर आ रही तो बंद लें करके मरने इधर भला आवे एकदम नहीं एदा मतलब है ए दो नंबर ही हो रही सी नहीं दो नंबर और है चल सुनो ओदी तो कोई शै नहीं टिक रही ए जनमन माल होए ना ते इंजी हुंदा है हां मेरी गल सुनो जी बच्चे ने जनमन माल होए ना बच्चे ने गलती कर जाते नहीं बच्चे केड़ी गलती कर रहे थे ओहो बाल तो है ये मेरा बदतमीज नहीं नहीं मैं करावांगी ताले ते पर्चा मैं तो करा पर्चा मैं पहला नहीं पर्चा पूते नहीं अच्छा हां ओ दी कंड जाड़ दी है मैं एक बार फड़ी गई सा ते एक लितर नहीं मारया उन्होंने ओ क्यों अच्छा जी लितर थल्ले रख के मिंडू उत्ते मार तैयार हो या फिर तेनू ही उत्ते मारणगे गल सुनो क्या बात है ऐसी प्यारी आर्टिस्ट ऐसी अच्छी औरत इन्हें कभी ना ही नहीं की थी बड़ा बदतमीज है मर जा रहा नाल ही क्या कर रोटी दा भी दफा करो जी ना मुंडे आ छड़े आ वॉश ले आवे नहीं तन वैसल कहंदे दफा करो सो एवे गुस्सा ना करो मुंडे छुंडे इंज दे ही हुंदे ने तुसी बाबे अल ध्यान करो बाबा मर जाने बाबिया तू ते मेरा एक झटका भी नहीं सहना तेनू भुलेख है निधा चौधरी है गुजराले दा बाबा ही इस्लामाबाद कराची मम्मी डैडी बच्चे दी
दाल चौलां दी प्लेट खवा के दो दो महीने ही लंजोगी नहीं चढ़ते तेरे वर्गी नहीं कहती है डार्लिंग अब मैं चलूंगा बैठे अपने जो तेरे जेन च ओ नहीं धोती बन के जरा साइड तो नहीं लमकांदे इत्थे किसी ने पिछे भी लमका लेंगे बड़ा ही बदतमीज हो हले तेरा चार लथा नहीं तेरा कहदा तजर्बा तू टैट कर रिकॉर्डिंग खराब कर निकले पिंडो दौड़िया लाला उठे तो मच्छर ही इना मेनू वड वड खा गए मर जाने मेरे को ऐसा स्प्रे मच्छर नू मैं स्प्रे करांगी ना मच्छर मार दी ऐसा मारनी है कि बाज उठता ही नहीं भाजिया स्प्रे ना ते होश नहीं फट जांदा अनाजा मच्छरदानी बंद हुंदी आ तू पागल आ साले आ मच्छरदानी भावे खुली होवे भावे बंद ए मच्छर दी मर्जी आ आई जाए 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 आई जाए जाए आई जाए जाए आई जाए जाए शादी करनी तू तो मनारे पाकिस्तान पे खाई औलाद खराब होंगी खराब होया बाबे नी शादी करनी मर जाने मेहनत मनु आप ही करनी पैनी लम्मे प्यार है प्यारा भी कुछ भी नहीं।
हां अच्छा एको गल पूछनी है की बीबी इस काम में तनु कुछ बचदा भी के नहीं सही गया बिजली से झटके ना बच्चा जमन वाली है अगर तू दो जमे बोल पाए कोई एक अपने आप तेरा बेड़ा तर जाए खराब तेरा इको ही खाना वो भी खराब तेरे तीन खाने तुसी लवो जी इंटरव्यू सोफा ले आए डब्बे दे पुत्र ने अच्छा मलका दे ने मैं चंगड़ा दा मुंडा वा मैं दुबई से बाद चो पहला नंबर मेरा ही आना सी जी तुसी की करते हो मैं ड्रामे वाली कुड़िया नु खलोया बेतुकी औरत दे आ बचिया इधर ब्याह दा चक्कर चलन लगा तुसी की करते हो यार सामने चलन लगी सामने व्याह हुंदा है ना तेनू दंदल पाई जांदी है ग्रीस देने डंडा खलोता ही रहिंदा लाहौर जांदी अद्धा घंटा खलो के बहिंदी रहे मेरा मूड बन जावे ते मैं वाला उंगला चाड़ दवा ते मर जाने तू गंजा में किरे दवांगी बाल है ने तुसी उंगला फेरी आउनीया असल च ते बाल है सन जदों पैदा होया अच्छा एदी अम्मा जी आउंदी सी हां ओदा शैंपू लाया इने बाथरूम च शैंपू ला के फुहारे थले खलोता हां एदे बाल इंज गए ने नाली च जिवें कंजर फंक्शन ते नहीं जांदे जी इना हरकत तो यह मरना ना होया जी की करना मर जाने आ? मैं हाँ की करना मैं हाँ क्या करते हैं आप मजे ਤੇ
खुशी नाल धमाके करन डए हो। एदी केड़ा सट लगदी है? ओहो ताडा बिजनेस की है, मैं जिंदगी गुजारनी है तुहाडे नाल। मैं की करना? हां हुण मेरे को कुछ नहीं हुंदा जी, मेरे हाथ पैर सौंदे जे। तू मेरे काम दा नहीं आ। नहीं तुसी अपनी शर्तां दसो। इधर वेखो देसी घ्यो दी पली, सानू पता नहीं पकौड़े दा तेल लड़े आ जी। मर जाने अब्बा हाथ पैर सौंदे ने। हुण पुत्तर तेरे हाथ ना हुंदे तेरी चंगी भली सेहत होनी सी। अमीर तरीन कोई रिश्ता लब्भा मैनू दसी, मैं भी भैन भी आनी जेड़ी नहीं होनी। बंद करके जाया जे। मैनू पता सी ये पाड़ा बाहुबली नहीं पटना। तू बाहुबली, तू कटप्पा तेरे बाल ने ना इन सिर ते नहीं होंदे इत्थे होंदे ने सीने दे, सीने दे, सीने जी। ਜੀ ਤੁਹਾਡਾ ਬਿਜ਼ਨਸ ਕੀ ਹੈ? ਜੀ ਮੈਂ ਵੱਡੇ ਭੈਣ ਨਾਲ ਹੁੰਦਾ। ਤੇ ਵੱਡਾ ਭਰਾ ਕੀ ਕਰਦਾ ਜੀ? ਉਹ ਵਿਹਲਾ ਹੀ ਹੁੰਦਾ। ਇਹ ਕੰਮ ਛੱਡਿਆ ਜੇ ਨਾ ਅੱਗੋਂ ਲੱਭਦਾ ਨਹੀਂ ਜੇ। ਮੈਂ ਮਰ ਜਾਣਾ, ਕੰਮ ਕੀ ਕਰਦੇ ਹੋ ਜੀ? ਅਰੇ ਮਤਲਬ ਤੁਹਾਨੂੰ ਵੀ ਨੱਚ ਕੇ ਮੈਂ ਹੀ ਖਵਾਣਾ ਹੈ? ਆਫ ਕੋਰਸ ਆਫ ਕੋਰਸ, ਬਸ ਕਰੋ ਹੁਣ ਮਰੋ। ਯੂ ਨੋ ਕਿ ਗਈਆਂ ਮੈਂ ਨੱਚ ਨੱਚ ਹੁਣ ਬਸ ਕਰੋ, ਕੁਛ ਹੋਰ ਸੋਚੋ ਮੇਰਾ। ਚਲੋ ਸਾਰੀ ਜ਼ਿੰਦਗੀ ਆਪਣੇ ਲਈ ਨੱਚੀਏ, ਕੋਈ 10 ਮਿੰਟ ਸਾਡੇ ਲਈ ਵੀ ਨੱਚ ਲੈ। ਓ ਓ ਫਾਰਗ ਹੈ ਤੂੰ, ਉਮਰ ਹੀ ਬੜੀ ਹੋ ਗਈ। ਚਲੋ ਆ ਜਾਓ ਆ ਜਾਓ। ਮੈਨੂੰ ਪਹਿਲਾਂ ਹੀ ਪਤਾ ਸੀ ਗੱਲ ਅਰਤਗੁਲ ਗਾਜ਼ੀ ਤੇ ਮੁਕਣੀ ਆ। ਬੇਟੇ ਅਰਤਗੁਲ ਗਾਜ਼ੀ ਕੋਲ ਜਿਹੜੀ ਤਲਵਾਰ ਹੈ ਨਾ, ਆਹ ਆਹ ਉਹਦੀ ਮੁੱਠ ਤੇਰੇ ਨਾਲ ਵੱਡੀ ਏ। जटा दा मुंडा तेरे मुकदरा। कितने हसीन हो तुम, अपने आप नु बचा के रखे है। मैं चाहनी हूं मैं तेरे नाल शादी करा। बच्चे का बच्चा, बंदे का बंदा। कितने सफर ते गए, अगले कहेंगे किराया दे बीबी या बच्चा झोली च कर ला। असी ते किराया बचाना ही है ना। क्यों नहीं? अच्छा भाई छोटे, तू सचा है? इन बंद करा है। तुहाडे मल मिस्त्री है? बिल्कुल है। रुपया मेरे को 1000 ला, इहदी झरी बंद करा। एक्सक्यूज मी जी जनाब, शादी के सिलसिले में आई है? मां जी शादी के लिए। आले फेटर ला, बेचा ला दुनिया। मर जाणा एना जिना है तू? कौन तेरे को होना भी कुछ नहीं। चूहा किड्डा हुंदा है? छोटा जिया। बोरी किड्डी हुंदी है? गोटी सारी। भेड़ के लंग जलना है सारी कणक दी। सारी कणक दी भैण कट करा दिंदा वाला। किवें कटदा? ओ टुक टुक के, टुक टुक के। हां अच्छा, जो टुकेगा तो देखांगे। जिदी जिदी मन्नत पूरी हो गई, अगला चढ़ावा चढ़ा गया। अच्छा जरा दूर होकर खलो, मैनू इंज लगता जिवें पैदा हो रहे हैं। है वैसे, हां जी है वैसे सोहने हो। मेहरबानी फोटो ही हो। वैसे तेरी मेरी शादी होएगी, हनीमून वास्ते कित्थे लेके जाएगा मर्द? असि जावांगे स्विट्जरलैंड। लंडन चलांगे, उत्थे बर्फा दे ढेले बना के टपका टपका, उत्थे ना दिल लगा ते शॉर्टकट निकलांगे पतों की वाली साइड तों।
ਬਾਹਰੋਂ ਬਾਹਰ ਮੜਿਆਲੇ ਤੇ ਗੇ ਤੇ ਗੇ ਵਿੱਚੋਂ ਦੀ ਲਿਆਵਾਂਗੇ ਤੈਨੂੰ ਫਰੋਦ ਵਾਲੇ ਪੁੱਲ ਤੇ ਉਹ ਤਾਰੇ ਕੋਲ ਉੱਥੇ ਨਿਕਰਾਂ ਪਾ ਕੇ ਸ਼ਲਵਾਰਾਂ ਟੰਗ ਕੇ ਫੂਕਾ ਭਰ ਕੇ ਔਰ ਨਹਿਰ ਤਾਂ ਮੇਰੇ ਨਾਲ ਬੜਾ ਬੂਆ ਆਇਆ ਜੀ ਉਹ ਕੀ ਮੈਂ ਟੰਗ ਕੇ ਫੂਕਾ ਭਰ ਕੇ ਛਾਲ ਮਾਰੀ ਆ ਹਾਂ ਇਧਰੋਂ ਚੁੱਕਿਆ ਗਿਆ ਇਧਰੋਂ ਡੁੱਬ ਗਿਆ ਅੱਛਾ ਮੇਰੇ ਨਾਲ ਤੁਹਾਡਾ ਵਿਆਹ ਆਇਆ ਤੁਹਾਨੂੰ ਪਤਾ ਮੈਂ ਕਿੱਥੇ ਲੈ ਕੇ ਜਾਣਾ ਕਿੱਥੇ ਜਿੱਥੋਂ ਫੋਨ ਆ ਗਿਆ ਇਹਨੇ ਰੈਂਟ ਮਸਤੂਰਾਤ ਵੇ ਚੂਹੇ ਦੇ ਮੂੰਹ ਵਾਲਾ ਹੈ ਨਾ ਹਾਂ ਅੱਛਾ ਪਿਆਰੀਏ ਆਪਣੇ ਪਿਆਰੇ ਪਿਆਰੇ ਹੋਟਲ 'ਚ ਕੁਛ ਸੁਣਾ ਸਾਨੂੰ ਅੱਜ ਅੱਜ ਥੋੜਾ ਗਲਾ ਸਹੀ ਹੋਇਆ ਹਾਂ ਸਟਾਰਟ ਅੱਜ ਅੱਜ ਪਿਆਰੀ ਵੀ ਲੱਗ ਰਹੀ ਹੈ ਸੋ ਸਵੀਟ ਥੈਂਕ ਯੂ ਹਾਂ ਮੇਰੀ ਨਜ਼ਰ ਨਾਲ ਵੇਖਿਆ ਨਾ ਤੇਰੇ ਬੇੜੇ ਗਰਕ ਹੋਈ ਜਾਣਾ ਕੋਟੂ ਬੜੇ ਸਾਲਾਂ ਤੋਂ ਪਿੱਛੇ ਲੱਗਿਆ ਹੈ ਫੇਰ ਵੀ ਤੇਰੇ ਨੇੜੇ ਨਹੀਂ ਆਣਾ ਮੈਂ ਸਾਡੇ ਪਿੱਛੇ ਸਾਡੇ ਨੇੜੇ ਨਹੀਂ ਆਣਾ ਮੇਰੇ ਕੋਲ ਹੀ ਹੁੰਦੇ ਨਾ ਡਾਲਰ ਤੇ ਪੌਂਡ ਹੁਣ ਅਸੀਂ ਵੇਖਣਾ ਕਿੱਡਾ ਕੁ ਹੈ ਚਿੜੀਆਂ ਦੀ ਨਾ ਬੋਟਾਂ ਦੀ ਗੱਲਾਂ ਦੀ ਨਾ ਹੋਟਾਂ ਦੀ ਇੱਥੇ ਲੰਗੜੇ ਲੂਲੇ ਸਭ ਚੱਲਦੇ ਯਾਰ ਗੱਲ ਸਾਰੀ ਲੋਟਾਂ ਆਪਣੇ ਪਿਆਰੇ ਪਿਆਰੇ ਹੋਟਲ ਤੇ ਕੁਛ ਸੁਣਾਓ ਜਦੋਂ ਮੈਨੂੰ ਪਿਆਰ ਨਾਲ ਜਾਨ ਜਾਨ ਕੇ ਲਾਏ ਅੱਲਾ ਦੀ ਸੋ ਜਾਨੀਆਂ ਜਾਨ ਕੱਢ ਲੈ ਗੱਲ ਤੇਰੀ ਵਿੱਚ ਦਮ ਨਾ ਕੋਈ ਵਿਛੜਨ ਦਾ ਤੈਨੂੰ ਗਮ ਨਾ ਕੋਈ ਮੈਂ ਪੜਿਆ ਤੇਰਾ ਚਿਹਰਾ ਤੂੰ ਦਿਲ ਵਿੱਚ ਕੱਢਣਾ ਚਾਹੁੰਦੀ ਏ ਨੀ ਕੋਈ ਚੱਜਦਾ ਲੱਭ ਬਹਾਨਾ ਜੇ ਸਾਨੂੰ ਛੱਡਣਾ ਚਾਹੁੰਦੀ ਏ ਇੱਥੇ ਰੁਕ ਜਾਓ ਆਪਾ ਜੀ ਰਾਤ ਦੇ ਹਨੇਰੇ ਦੀ ਬੁੱਕਲ ਮਾਰ ਕੇ ਕਿੱਥੇ ਜਾ ਰਹੇ ਹੋ ਸਾਡੀ ਮਾਂ ਦੇ ਕੰਗਣ ਵੇਚ ਕੇ ਜੂਆ ਖੇਡਿਆ ਤੇ ਹਰ ਗਏ ਹੋ ਅੱਜ ਵੀ ਚਾਂਦ ਰਾਤ ਆਪਾ ਜੀ ਦੱਸੋ ਕੀ ਹੈ ਤੁਹਾਡੇ ਹੱਥ ਚ ਕੁਛ ਨਹੀਂ ਪੁੱਤਰ ਆਪਾ ਜੀ ਤੁਸੀਂ ਸਾਡੇ ਗੱਲ ਚ ਜੂਏ ਦੀ ਬਦਨਾਮੀ ਦਾ ਤੌਕ ਪਾਇਆ ਅਸੀਂ ਚੁੱਪ ਰਹੇ ਹਾਂ ਸਾਡਾ ਮੁਸਤਕਬਿਲ ਸਾਡੀ ਤਾਲੀਮ ਸਾਡੀ ਤਰਬੀਅਤ ਦਾ ਤੁਸੀਂ ਬੜਾ ਗਲਤ ਕਰ ਦਿੱਤਾ ਅਸੀਂ ਚੁੱਪ ਰਹੇ ਬਾਜੀ ਹੋਰ ਤੇ ਹੋਰ ਤੁਹਾਡੇ ਇਸ ਜੂਏ ਦੀ ਆਦਤ ਦੀ ਵਜ੍ਹਾ ਤੋਂ ਸਾਡੀ ਮਾਂ ਮਰ ਗਈ ਅਸੀਂ ਚੁੱਪ ਰਹੇ ਲੇਕਿਨ ਅੱਜ ਅਸੀਂ ਚੁੱਪ ਨਹੀਂ ਰਵਾਂਗੇ ਬਾਜੀ ਤੁਹਾਨੂੰ ਦੱਸਣਾ ਪਏਗਾ ਤੁਹਾਡੇ ਹੱਥ 'ਚ ਕੀ ਹੈ ਅਤੇ ਕੀ ਲੈ ਕੇ ਜਾ ਰਹੇ ਹੋ ਕਫਨ ਅੱਬਾ ਜੀ ਆਪਣੀ ਜੂਏ ਦੀ ਆਦਤ ਪੂਰੀ ਕਰਨ ਵਾਸਤੇ ਕਫਨ ਵੇਚਣ ਲੱਗੇ ਹੋ ਦੂਰ ਅਦਮ ਤੋਂ ਨੰਗੇ ਪਿੰਡੇ ਆਉਂਦਾ ਇਸ ਜਹਾਨੇ ਇੱਕ ਕਫਨ ਦੀ ਖਾਤਰ ਬੰਦਾ ਕਿੰਨਾ ਪੈਂਡਾ ਕਰਦਾ ਕਿੰਨਾ ਪੈਂਡਾ ਕਰਦਾ ਅੱਬਾ ਜੀ ਮਾਂ ਦੀ ਕੁੱਖ ਤੋਂ ਲੈ ਕੇ ਤੇ ਕਬਰ ਦੀਆਂ ਕੰਧਾਂ ਤੱਕ ਜਿਹਦੇ ਵਾਸਤੇ ਬੰਦਾ ਸਫ਼ਰ ਕਰਦਾ ਤੁਸੀਂ ਉਹ ਹੀ ਵੇਚ ਕੇ ਜੂਆ ਖੇਡਣ ਲੱਗੇ ਹੋ ਮੈਂ ਤੁਹਾਨੂੰ ਨਹੀਂ ਜੇ ਵੇਚਣ ਦੇਣਾ ਮੈਂ ਨਹੀਂ ਜੇ ਵੇਚਣ ਦੇਣਾ ਤੁਹਾਨੂੰ ਸਿੱਧਾ ਕੀ ਕਹਿੰਦਾ ਅੱਬਾ ਜੀ ਹੁਣ ਤੁਹਾਨੂੰ ਕੋਈ ਵੀ ਗਲਤ ਕੰਮ ਨਹੀਂ ਕਰਨ ਦੇਵਾਂਗੇ ਅਸੀਂ ਕੱਲ੍ਹ ਸਾਡੀ ਬਰਦਾਸ਼ਤ ਤੋਂ ਬਾਹਰ ਹੋ ਗਈ ਅੱਬਾ ਜਾਂ ਅੱਜ ਤੋਂ ਬਾਅਦ ਇਸ ਕਾਰਜ ਤੂੰ ਰਵੇਂਗਾ ਤੇ ਜਾਂ ਅਸੀਂ ਰਵਾਂਗੇ ਠੀਕ ਕਹਿੰਦੇ ਹੋ ਪੁੱਤਰ ਓਏ ਤੁਸੀਂ ਛੋਟੇ ਨਹੀਂ ਰਹੇ ਤੁਸੀਂ ਹੁਣ ਵੱਡੇ ਹੋ ਗਏ ਬਲਕਿ ਬਹੁਤ ਵੱਡੇ ਹੋ ਗਏ ਤੁਸੀਂ ਮੇਰੇ ਕੋਲ ਹਿਸਾਬ ਲੈ ਸਕਦੇ ਹੋ ਬਲਕਿ ਧੱਕੇ ਮਾਰ ਕੇ ਘਰੋਂ ਵੀ ਕੱਢ ਸਕਦੇ ਹੋ ਯਾਦ ਰੱਖੋ ਮੈਂ ਤੁਹਾਡੀ ਮਾਂ ਦੇ ਕੰਗਣ ਨਹੀਂ ਵੇਚੇ ਆਪਣੀ ਬੀਵੀ ਦੇ ਵੇਚੇ ਨੇ ਤੇ ਕਫਨ ਵੀ ਮੈਂ ਆਪਣਾ ਲੈ ਕੇ ਚੱਲਾਂ ਰਹੀ ਤੁਹਾਡੇ ਹਿੱਸਿਆਂ ਦੀ ਗੱਲ ਤੇ ਜਾਓ ਆਪਣੇ ਆਪਣੇ ਅਕਾਊਂਟ ਚੈੱਕ ਕਰ ਲਓ ਤੁਹਾਡੇ ਸਾਰਿਆਂ ਦੇ ਹਿੱਸੇ ਤੁਹਾਡੇ ਅਕਾਊਂਟਾਂ 'ਚ ਪਏ ਨੇ ਜਿਹਦੇ ਵਿੱਚ ਪੈਸੇ ਵਧੇ ਹੀ ਹੋਣੇ ਨੇ ਘਟੇ ਨਹੀਂ ਤੇ ਇਹ ਘਰ ਤੇ ਪੁੱਤਰ ਪਹਿਲਾਂ ਵੀ ਤੁਹਾਡਾ ਹੀ ਸੀ ਤੇ ਅੱਜ ਵੀ ਤੁਹਾਡਾ ਹੀ ਹੈ ਤੁਹਾਡੇ ਘਰ 'ਚ ਇੱਕ ਫਾਲਤੂ ਹੈ ਤੇ ਉਹ ਪਿਓ ਹੀ ਹੈ ਮੈਂ ਤੁਰ ਜਾਂਦਾ ਪੁੱਤਰ ਇਸ ਘਰ 'ਚੋਂ ਤੁਸੀਂ ਰਵੋ ਮਾਲਕ ਨਹੀਂ ਅੱਬਾ ਜੀ ਤੁਸੀਂ ਮਾਲਕ ਹੋ ਅੱਬਾ ਮੈਨੂੰ ਨਹੀਂ ਕੋਈ ਪੈਸਾ ਚਾਹੀਦਾ ਨਹੀਂ ਇਸ ਮਕਾਨ 'ਚੋਂ ਹਿੱਸਾ ਚਾਹੀਦਾ ਅੱਬਾ ਮੈਨੂੰ ਸਿਰਫ ਤੇਰਾ ਪਿਆਰ ਚਾਹੀਦਾ ਮੈਨੂੰ ਸਿਰਫ ਤੇਰਾ ਪਿਆਰ ਚਾਹੀਦਾ
ਅੱਬਾ ਜੀ ਬਗੈਰ ਮਾਂ ਤੋਂ ਪਲੇ ਆ ਨਾ ਅਸੀਂ, ਨਿੱਕੇ ਨਿੱਕੇ ਸਾਡੇ ਸਾਡੀ ਮਾਂ ਮਰ ਗਈ, ਬੱਚੇ ਦੀ ਪਹਿਲੀ ਦਰਸ਼ਕਾ ਮਾਂ ਦੀ ਗੋਦ ਹੈ ਅੱਬਾ ਜੀ, ਸਾਨੂੰ ਤੇ ਮਾਂ ਦਾ ਪਿਆਰ ਵੀ ਨਹੀਂ ਮਿਲਿਆ, ਤੁਸਾਂ ਵੀ ਕਦੀ ਸਾਡੇ ਨਾਲ ਆਪਣੇ ਢਿੱਡ ਦੀ ਗੱਲ ਤਾਂ ਕੀਤੀ ਨਹੀਂ ਨਾ ਅੱਬਾ ਜੀ, ਮਾਂ ਦੇ ਪੈਰਾਂ ਥੱਲੇ ਜੰਨਤ ਹੈ ਤੇ ਪਿਓ ਉਸ ਜੰਨਤ ਦਾ ਦਰਵਾਜ਼ਾ ਹੈ, ਸਾਡੇ ਨਾਲ ਨਾਰਾਜ਼ ਹੋ ਕੇ ਸਾਡੇ ਵਾਸਤੇ ਜੰਨਤ ਦੇ ਦਰਵਾਜ਼ੇ ਬੰਦ ਨਾ ਕਰੋ ਅੱਬਾ ਜੀ, ਜੰਨਤ ਦੇ ਦਰਵਾਜ਼ੇ ਬੰਦ ਨਾ ਕਰੋ। ਮੈਨੂੰ ਮਾਫ਼ ਕਰ ਦਿਓ ਅੱਬਾ ਜੀ। ਓਏ ਤੂੰ ਨਾ ਰੋਈ ਹੈ, ਮੇਰਾ ਆਸਾ ਨਿਕਲ ਜਾਣਾ ਹੀ ਨਾਲ। ਚੱਲਿਓ ਪੁੱਤਰ, ਕਪੁੱਤਰ ਹੋ ਜਾਂਦੇ ਨੇ, ਮਾਪੇ ਕਮਾਪੇ ਨਹੀਂ ਹੁੰਦੇ। ਹਾਂਜੀ ਹਾਂਜੀ, ਮੈਂ ਤੁਹਾਡੇ ਨਾਲ ਕਿੱਥੇ ਜਾਣਾ, ਨਾਰਾਜ਼ ਹੋ ਕੇ ਇੱਥੇ ਹੀ ਆ, ਤੁਸੀਂ ਮੇਰੀ ਔਲਾਦ ਹੋ, ਜਾਓ ਅੱਜ ਤੁਹਾਨੂੰ ਖੁਸ਼ ਕਰ ਦਿੰਦਾ, ਜਾਓ ਵਿਆਹ ਦੀ ਤਿਆਰੀ ਕਰੋ। ਕਿਤੇ ਉਹ ਭੱਠੀ ਵਾਲੀ ਮੰਨ ਗਈ ਹੈ ਮੇਰੇ ਨਾਲ। ਅੱਬਾ ਜੀ ਤੁਸੀਂ ਜਾਓ। ਮੇਰਾ ਬਾਈ ਹੈ, ਜਿੰਨੇ ਮਰਜ਼ੀ ਵਿਆਹ ਕਰ ਅੱਬਾ, ਮੈਂ ਤੇਰੇ ਤੇਰੇ ਜਿਹੜੇ 12 ਕਰਨੇ ਨੇ, ਜਿੰਨੇ ਰਸ਼ ਪਾ ਦੇ ਰਸ਼।